ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਭਾਰਤੀ ਜਨਤਾ ਪਾਰਟੀ ਹਰਿਆਣਾ ਦੇ ਵਿੱਚ ਪਹਿਲੀ ਵਾਰ ਇਹਨਾਂ ਸਰਕਾਰ ਬਣਾਈ ਆਪਦੀ, ਅਤੇ ਹੁਣ 5 ਸਾਲ ਪੂਰੇ ਹੋਣ ਵਾਲੇ ਆ, ਅਤੇ ਅਗਲੀਆਂ ਚੋਣਾਂ ਦਾ ਬਿਗਲਾ ਜਿਹੜਾ ਵੱਜ ਚੁੱਕਿਆ ਹੈਗਾ ਤਕਰੀਬਨ ਅਤੇ ਉਸ ਸਭ ਦੇ ਵਿਚਾਲੇ ਬਾਕੀ ਪਾਰਟੀਆਂ ਵੀ ਪਰ ਤੋਲਦੀਆਂ ਪਈਆਂ ਹੈਗੀਆਂ, ਅਤੇ ਇਹਨਾਂ ਪਰ ਤੋਲਣ ਵਾਲੀਆਂ ਪਾਰਟੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਿਲ ਹੈਗਾ। ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਵੀ ਲੋਕ ਸਭਾ ਚੋਣਾਂ ਵਿੱਚ ਚੋਣ ਲੜਨ ਦਾ ਐਲਾਨ ਕੀਤਾ ਸੀ, ਉਸ ਤੋਂ ਬਾਅਦ ਇਹਨਾਂ ਵਿੱਚ ਇੱਕ ਸਮਝੌਤਾ ਹੋਇਆ, ਪਤਾ ਨਹੀਂ ਕਿਹੜਾ ਸਮਝੌਤਾ ਸੀ, ਅੰਦਰ ਖਾਤੇ ਹੋਇਆ ਕਿ ਤੁਸੀਂ ਅਸੈਂਬਲੀ ਵੇਲੇ ਸਾਡੇ ਨਾਲ ਗੱਲ ਕਰ ਲਿਓ, ਗੱਲਬਾਤ ਕਿੰਨੀ ਤੁਰੇਗੀ, ਸਵਾਲ ਬਹੁਤ ਸਾਰੇ ਹੈਗੇ ਆ। ਪਰ ਸਭ ਦੇ ਵਿਚਾਲੇ ਪੰਜਾਬ ਅਤੇ ਹਰਿਆਣਾ ਦੀ ਪੋਲੀਟਿਕਸ ਕੇਂਦਰ ਤੋਂ ਲੈ ਕੇ ਇੱਥੋਂ ਤੱਕ ਕੀ ਤੈਅ ਕਰਦੀ ਹੈਗੀ ਆ, ਅਸੀਂ ਇੱਕੋ ਸਵਾਲ ਪੁੱਛਾਂ ਕਿ ਭਾਜਪਾ ਤੋਂ ਕੀ ਪਾਲਦੇ ਨੇ ਅਕਾਲੀ। ਸ਼੍ਰੋਮਣੀ ਅਕਾਲੀ ਦਲ ਦਾ ਹਰਿਆਣਾ ਪਲਾਨ, ਅੱਜ ਬਹਿਸ ਇਸ ਲਈ ਕਰ ਰਹੇ ਹਾਂ, ਤੁਹਾਨੂੰ ਸਾਹਮਣੇ ਦੱਸ ਦਈਏ ਪੁਆਇੰਟ ਟੂ ਦਾ ਪੁਆਇੰਟ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਵਿੱਚ ਚੋਣ ਲੜਨ ਦਾ ਮੁੜ ਐਲਾਨ ਕੀਤਾ। ਪਹਿਲਾਂ ਵੀ ਐਲਾਨ ਕੀਤਾ ਸੀਗਾ, ਕੋਰ ਕਮੇਟੀ ਦੀ ਬੈਠਕ 'ਚ ਫੈਸਲਾ ਕੀਤਾ ਗਿਆ ਕਿ ਹਰਿਆਣਾ 'ਚ ਪਾਰਟੀ ਵਿਧਾਨ ਸਭਾ ਚੋਣਾਂ ਲੜੇਗੀ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ 5 ਮੈਂਬਰੀ ਕਮੇਟੀ ਵੀ ਬਣਾ ਦਿੱਤੀ ਹੈ। ਬਲਵਿੰਦਰ ਸਿੰਘ ਭੁੰਦੜ ਦੀ ਅਗਵਾਈ ਵਿੱਚ ਕਮੇਟੀ ਭਾਜਪਾ ਨਾਲ ਗੱਠਜੋੜ ਅਤੇ ਸੀਟਾਂ ਦੀ ਵੰਡ ਬਾਰੇ ਵਿਚਾਰ ਵੀ ਕਰੇਗੀ। ਚੋਣ ਲੜਨ ਦੇ ਚਾਹਵਾਨਾਂ ਨੂੰ 22 ਸਤੰਬਰ ਤੱਕ ਅਰਜ਼ੀਆਂ ਭੇਜਣ ਲਈ ਕਹਿ ਦਿੱਤਾ ਗਿਆ ਕਿ ਤੁਸੀਂ ਅਰਜ਼ੀਆਂ ਭੇਜ ਦਿਓ, ਹਾਲਾਂਕਿ ਕੁਝ ਅਰਜ਼ੀਆਂ ਇਹਨਾਂ ਕੋਲ ਪਹੁੰਚ ਗਈਆਂ ਹੈਗੀਆਂ, ਇਹ ਦਾਅਵਾ ਕਰਦੇ ਪਏ ਆ। 22 ਸਤੰਬਰ ਨੂੰ ਹੀ ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਬੈਠਕ ਵੀ ਸੱਦ ਲਈ ਹੈ। ਵੈਸੇ ਵੀ ਇਹ ਕੁਰੂਕਸ਼ੇਤਰ ਹੈਗਾ, ਇਹ ਚੋਣਾਂ ਦਾ ਕੁਰੂਕਸ਼ੇਤਰ ਹੈ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਹੋਈ ਅਤੇ ਉਸ ਬੈਠਕ ਤੋਂ ਬਾਅਦ ਆਗੂਆਂ ਨੇ ਕਿਹਾ ਕਿ ਪਹਿਲਾਂ ਸੁਣ ਲਈਏ। ਸ਼੍ਰੋਮਣੀ ਅਕਾਲੀ ਦਲ ਨੇ ਕੈਟੇਗੋਰੀਕਲੀ ਇਹ ਫੈਸਲਾ ਕਰ ਲਿਆ ਹੈ ਕਿ ਹਰਿਆਣਾ ਦੇ ਵਿੱਚ ਇਲੈਕਸ਼ਨ ਲੜੀ ਜਾਏ, ਔਰ 5 ਮੈਂਬਰੀ ਕਮੇਟੀ ਜਿਹੜੀ ਹੈ ਉਹਦੇ ਵਾਸਤੇ ਪ੍ਰਧਾਨ ਸਾਹਿਬ ਨੇ ਬਣਾ ਦਿੱਤੀ ਹੈ। ਕਮੇਟੀ ਦੇ ਜਿਹੜੇ ਚੇਅਰਮੈਨ ਨੇ ਉਹ ਸਾਡੇ ਸਤਿਕਾਰਯੋਗ ਸੀਨੀਅਰ ਵਾਈਸ ਪ੍ਰੈਜੀਡੈਂਟ ਭੁੰਦੜ ਸਾਹਿਬ ਨੇ, ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਸਾਹਿਬ। ਉਸ ਕਮੇਟੀ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂਮਾਜਰਾ ਸਾਹਿਬ, ਸਰਦਾਰ ਸਿਕੰਦਰ ਸਿੰਘ ਜੀ ਮੰਡੂਕਾ ਸਾਹਿਬ, ਸਰਦਾਰ ਸੁਰਜੀਤ ਸਿੰਘ ਜੀ ਰੱਖੜਾ ਸਾਹਿਬ, ਔਰ ਸਰਦਾਰ ਗੁਲਜ਼ਾਰ ਸਿੰਘ ਜੀ ਰਾਣੀਕੇ ਸਾਹਿਬ ਜਿਹੜੇ ਆ ਉਹ ਕਮੇਟੀ ਦੇ ਮੈਂਬਰ। ਇਹ ਗੱਲ ਬੜੀ ਸਪਸ਼ਟ ਪਾਰਟੀ ਨੇ ਫੈਸਲਾ ਕੀਤਾ ਕਿ ਇਹ ਜਿਹੜੀ ਚੋਣ ਆ ਹਰਿਆਣੇ ਦੇ ਵਿੱਚ ਇਹ ਕਿਸੇ ਹੋਰ ਪਾਰਟੀ ਨਾਲ ਨਹੀਂ, ਕੇਵਲ ਅਤੇ ਕੇਵਲ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਚੋਣ ਲੜੀ ਜਾ ਸਕਦੀ ਹੈ ਹਰਿਆਣੇ 'ਚ। ਉਹਦੀਆਂ ਸੰਭਾਵਨਾਵਾਂ, ਉਹਦੇ ਨਾਲ ਗੱਲਬਾਤ ਜਿਹੜੀ ਆ, ਉਹ ਵੀ ਜਿਹੜੀ 5 ਮੈਂਬਰੀ ਕਮੇਟੀ ਬਣਾਈ ਆ ਉਹਨੂੰ ਅਧਿਕਾਰ ਦਿੱਤੇ ਨੇ ਪਾਰਟੀ ਨੇ। ਅਸੀਂ ਉਹਦੇ ਲਈ ਵੀ ਗੱਲਬਾਤ ਕਰਕੇ BJP ਨਾਲ ਨਿਬੇੜਾ ਕਰਨ ਦੀ ਗੱਲ ਕਰਾਂਗੇ, ਅਤੇ ਨਾਲ ਅਕਾਲੀ ਦਲ ਦੇ ਟਿਕਟ 'ਤੇ ਚਾਹਵਾਨ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੀ ਸਕਰੀਨਿੰਗ ਕਰਕੇ ਚੋਣ ਮੁਹਿੰਮ ਜਿਹੜੀ ਆ ਉਹਨੂੰ ਮਤਲਬ ਅਸੀਂ ਲਾਭਬੰਦ ਕਰਾਂਗੇ। ਸੀਟ ਸ਼ੇਅਰਿੰਗ ਜਿਹੜੀ ਆ ਉਸ ਸਾਡੀ ਜਿਹੜੀ ਕਮੇਟੀ ਆ ਉਹਦੇ 'ਤੇ ਹੀ ਛੱਡਤਾ। ਹਰਿਆਣੇ ਦੇ ਜਿਹੜੇ ਸਾਡੇ ਉਮੀਦਵਾਰ ਆਉਣਗੇ, ਐਪਲੀਕੇਸ਼ਨਾਂ ਆਉਣਗੀਆਂ, ਐਪਲੀਕੇਸ਼ਨਾਂ ਦੇ ਹਿਸਾਬ ਨਾਲ ਜਿਹੜੇ ਵਿਨਿੰਗ ਕੈਂਡੀਡੇਟਸ ਹੋਣਗੇ ਉਹ ਅਸੀਂ ਉਹਨਾਂ ਦੀ ਸਾਰੀ ਗੱਲਬਾਤ ਕਰਕੇ ਹੀ ਤਾਂ ਦੂਜੀ ਪਾਰਟੀ ਨਾਲ ਗੱਲ ਕਰਾਂਗੇ। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਇਹ ਪੁੱਛਿਆ ਜਾਵੇਗਾ, ਹਰਿਆਣਾ ਸ਼੍ਰੋਮਣੀ ਅਕਾਲੀ ਦਲ ਕਿਹੜੇ ਮੁੱਦਿਆਂ 'ਤੇ ਗੱਠਜੋੜ ਦਾ ਹੋਕਾ ਦੇ ਰਿਹਾ, ਇਸੇ ਸਵਾਲ 'ਤੇ ਅਸੀਂ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਹੇ ਹਾਂ। ਸਿੰਦਰ ਸਿੰਘ ਬੈਂਸ ਸੀਨੀਅਰ ਪੱਤਰਕਾਰ ਨੇ, ਬੈਂਸ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਬੜਾ ਲੰਬਾ ਤਜਰਬਾ ਇਹਨਾਂ ਦਾ। ਰਮਨੀਕ ਸਿੰਘ ਮਾਨ ਹਰਿਆਣਾ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ, ਮਾਨ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਚਰਨਜੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਬੁਲਾਰੇ, ਬਰਾੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਅਰਜੀਵ ਖੁਦਾਰਾ ਸਵਰਾਜ ਇੰਡੀਆ ਦੀ ਨੁਮਾਇੰਦਗੀ ਕਰਦੇ ਆ ਅਤੇ ਹਰਿਆਣਾ ਸਵਰਾਜ ਇੰਡੀਆ ਦੇ ਇੰਚਾਰਜ ਵੀ ਨੇ, ਗੁਦਾਰਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਮਾਲਵਿੰਦ ਸਿੰਘ ਮਾਲੀ ਪੋਲੀਟੀਕਲ ਕਮੈਂਟਰ ਤੌਰ ਤੇ ਵਿਚਰਦੇ ਨੇ, ਮਾਲੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਬਰਾੜ ਸਾਹਿਬ ਤੁਹਾਨੂੰ ਕਰਨਾ ਚਾਹੂੰਗਾ, ਬਰਾੜ ਸਾਹਿਬ ਤੁਸੀਂ ਪਹਿਲਾਂ ਵੀ ਲੋਕ ਸਭਾ ਚੋਣਾਂ ਵੇਲੇ ਵੀ ਕਿਹਾ ਸੀਗਾ ਅਸੀਂ ਚੋਣਾਂ ਲੜਨੀਆਂ, ਉਦੋਂ ਤੁਹਾਡਾ ਇੱਕ ਅੰਦਰ ਖਾਤੇ ਸਮਝੌਤਾ ਹੋਇਆ ਸੀਗਾ, ਉਸ ਸਮਝੌਤੇ ਤਹਿਤ ਕੁਝ ਸੀਟਾਂ ਤੁਹਾਨੂੰ ਮਿਲੀਆਂ ਸੀਗੀਆਂ, ਪਹਿਲਾਂ ਤੁਸੀਂ ਸੀਟਾਂ ਦੀ ਡਿਮਾਂਡ ਕਰਦੇ ਸੀ, ਹੁਣ ਤੁਸੀਂ ਡਿਮਾਂਡ ਨਹੀਂ ਕੀਤੀ, ਹੁਣ ਤੁਸੀਂ ਕਮੇਟੀ 'ਤੇ ਛੱਡ ਦਿੱਤਾ। ਦੇਖੋ ਇੱਕ ਗੱਲ ਹੈ ਕਿ ਜਦੋਂ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਅਸੀਂ ਕਈ ਰੈਲੀਆਂ ਕੀਤੀਆਂ ਔਰ ਕਈ ਉੱਥੇ ਪ੍ਰੋਗਰਾਮ ਜਦੋਂ ਉਲੀਕੇ ਤਾਂ ਉਸ ਵੇਲੇ ਹਾਲਾਤ ਇਸ ਕਿਸਮ ਦੇ ਬਣੇ ਕਿ ਲਾਸਟ ਸਟੇਜ 'ਤੇ ਜਾ ਕੇ ਜਦੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਾਹਿਬ ਅਮਿਤ ਸ਼ਾਹ ਜੀ ਅਤੇ ਸਾਡੀ ਪਾਰਟੀ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਵਿਚਾਲੇ ਮੀਟਿੰਗ ਹੋਈ ਤਾਂ ਉੱਥੇ ਫੈਸਲਾ ਇਹ ਹੋ ਗਿਆ ਕਿ ਚਲੋ ਵਿਧਾਨ ਸਭਾ ਤੁਸੀਂ ਲੜ ਲਿਓ ਅਤੇ ਲੋਕ ਸਭਾ ਦੇ ਵਿੱਚ ਜਿਹੜੀ ਆ ਸਾਡੀ ਮਦਦ ਕਰ ਦਿਓ। ਤਾਂ ਇੱਕ ਗੱਲ ਉਸ ਵੇਲੇ ਤੈਅ ਹੋਣ ਵਾਲੀ ਰਹਿ ਗਈ ਕਿ ਕਿਹੜੀਆਂ ਸੀਟਾਂ ਜਾਂ ਕਿੰਨੀਆਂ ਸੀਟਾਂ, ਪਰ ਉਦੋਂ ਪਹਿਲਾਂ ਜਿਹੜਾ ਸੀਗਾ ਲਗਭਗ ਜਦੋਂ ਕੁਰੂਕਸ਼ੇਤਰ ਦੀ ਰੈਲੀ ਜਿਹੜੀ ਪਹਿਲੀ ਹੋਈ ਹੈ ਉਦੋਂ 10 ਕੁ ਸੀਟਾਂ ਦੀ ਗੱਲ ਚੱਲਦੀ ਸੀ, ਕਿਤੇ ਵੱਧ ਜਾਂਦੀ ਸੀ ਜਾਂ ਘੱਟ ਜਾਂਦੀ ਸੀ। ਤਾਂ ਚਲੋ ਖੈਰ ਜਦੋਂ ਪੁਰਾਣਾ ਗੱਠਜੋੜ ਹੈ ਅਤੇ ਸਾਡੀ ਪਾਰਟੀ ਦੇ ਪ੍ਰਧਾਨ ਸਾਹਿਬ ਅਤੇ ਸਮੁੱਚੀ ਲੀਡਰਸ਼ਿਪ ਨੇ ਫੈਸਲਾ ਕੀਤਾ ਕਿ ਲੋਕ ਸਭਾ ਆਪਾਂ ਨਹੀਂ ਲੜਦੇ ਅਤੇ ਵਿਧਾਨ ਸਭਾ ਦੀ ਆਪਾਂ ਸਾਰੇ ਤਿਆਰੀ ਕਰੀਏ, ਹੁਣ ਵੀ ਸਾਡੀ ਇਹੀ ਜਿਹੜੀ ਕੋਸ਼ਿਸ਼ ਹੈਗੀ ਹੈ
कि जिहड़ियां सीटां दी मिल बैठ के कि जिहड़ियां सीटां ते अकाली दल दे नुमाइंदे स्ट्रोंग हो हैगे है वह अकाली दल लड़ ले बीजेपी दीआं जिहड़ियां हैगीआं बीजेपी ने तो चलो पहलां वी लड़ियां ही आ सारीआं इहदे च कोई दो राय नहीं पहलां तुसीं 30 सीटां दी डिमांड करदे सी फिर खबर 15 दी वी आई आ हुण इच्छा किन्नी हैगी आ बाकी फैसला तां कमेटी कर दूगी दो तीन गल्लां हैगीआं क्योंकि इह कोई मेरा टीवी ते बैठ के फैसला करन दी गल नहीं है गठजोड़ दी गल इह हुंदी आ कि चलो सारीआं धिरां दी स्थिति जिहड़ी आ उह बरकरार रहि जाए ते उस दे लई जरूरी है कारण एक मैं तुहानूं एक बेनती करदा कि कारण एक है कि पहलां हमेशा लोक दल नाल लड़ के भावें दो सीटां भावें चार सीटां भावें एक एमपी दी सीट समें समें ते लड़ियां पर पिछले समय के दौरान अभय चौटाला उस वेले करता धरता सीगे लोक दल दे उन्होंने खुद ही कहता कि असी अकाली दल नालों गठजोड़ जिहड़ा वो तोड़ लिया तोड़न तो बाद क्योंकि साडी भाईवाल पार्टी तो यही सी तो एक चलो पुराना उन्होंने नाल चलिया हुंदा सी जे उत्थे इलैक्शन लड़दे सीगे बीजेपी भी पहला कदे उन्होंने लड़ी फिर उदू बाद इंडिपेंडेंट ते लड़ी ते असी उन्होंने लड़े सी तो वह स्थिति इस किस्म की बनती सी कि साडे लई सब तो जिहड़ा चंगा विकल्प आ साडे लई इही है कि असी इत्थे भी गठजोड़ च लड़दे आ ते उत्थे भी इकट्ठे लड़ीए रणवीर सिंह मान अकाली दल ने फैसला किया अकाली दल ने कमेटी बनाई है हरियाणा बीजेपी को गल पहुँच चुकी है ज सिर्फ साढ़े को ही गल है कि गल चलो प्रेस कॉन्फ्रेंस के राही या टीवी के राही तो चलो कह सकते हैं कि भी गल असी भी सुनी है ता ही असी इस डिबेट से थोड़े नाल बैठे डिस्कस करते हैं पर पार्टी प्लेटफॉर्म के उपर जेकर आप गल करिए जां आपां इह कहीए कि भई इन्हां दी जिहड़ी सीनियर लीडरशिप आ उन्हां ने साडी लीडरशिप दे नाल किते चाहे स्टेट पद्धर ते होवे चाहे नैशनल पद्धर ते होवे फिलहाल इन्हां दे वल्लों कोई गल साडे तक पहुंची नहीं आ और जिस तरह हुण बराड़ साहब दस रहे सीगे कि भी इन्हां दी अपनी डेलीब्रेशन चल रही ने तो जिवें तुसीं इन्हां नूं पुछिआ कि भी सीटां किन्नियां तुसीं लड़नियां ने की थोड़ा कहिंदे कि 22 तरीक नूं बैठक है स्क्रीनिंग है मैनूं नहीं पता इन्हां दी पार्टी दी इंटरनल फंक्शनिंग की आ वर्किंग की आ पर साडे कोल हले तक इन्हां वल्लों कोई फॉर्मल प्रपोजल नहीं आ विधानसभा चुनाव नहीं जो साढ़े को गल ही है नहीं इस तरीके की तो भारतीय जनता पार्टी तो अपने दम से 90 सीटा पहला भी लड़ी है तो हूँ भी लड़ने तैयार गठजोड़ की संभावना खत्म है मैं इस बारे देखो आई एम नॉट कॉम्पिटेंट टू कमेंट ऑन दिस आ जो सीनियर लीडरशिप का काम आ चाहे वो नैशनल लैवल के उपर जेपी नड्डा जी जो साढ़े कार्यकारी राष्ट्रीय अध्यक्ष ने या फिर अमित शाह जी या सीएम साहब या सुभाष बराला जी जो साढ़े प्रदेश के प्रधान ने डिसीजन उन्होंने को बट वो डिसाइड उदों करनगे जो उन्होंने कोई फॉर्मल प्रपोजल आऊगा ठीक है ठीक है गुरदार साहब हरियाणा दे विच जे अकाली भाजपा इकट्ठे होकर लड़ते हैं तो जिहड़ियां होर पार्टियां हैगियां बिखरियां हुई नज़र आउंदियां हैगियां उन्हां ते की असर पऊगा तो हरियाणा की पॉलिटिक्स ते की असर पऊगा जे इकट्ठे होकर नहीं भी लड़ते तो की असर पऊगा जे इकट्ठे होकर लड़ते हैं तो दो तीन सवाल बड़े प्रमुख उठणगे तो खास करके अकाली दल नूं उहदे जवाब देने पैणगे पंजाब दे विच भी एक सवाल पाणियां दा सवाल कि पोजिशन की होएगी दूजा भाषा का सवाल हुणे अमित शाह दा जिहड़ा बयान आया पिछले दिन वो सारे सवालों नाल तुहाडे सिर्फ चोण लड़ना कुछ सीटा लड़ना कुछ वोटा लै लेना या जित जाना यह मकसद है कि किसी विचार की पॉलिटिक्स होनी है इस नवी चर्चा एक तरह का शुरू होएगी मैं लगता एक इंपैक्ट इसका यह होएगा बाकी जो वेखिए तो बीजेपी ने पूरे हरियाणे आशीर्वाद यात्रा की है वो बहुत सारे सवाल ने जिन्हों का कोई जवाब नहीं फर्क पेगा स्वराज इंडिया तो कोई फर्क पेगा स्वराज इंडिया यह कोई फर्क इस करके नहीं पैना कि असं बहुत छोटी पार्टी हाँ असी जिहड़े मुद्दे उठा रहे हैं जिहड़े पूरे हरियाणे दे विच बाकी पोलीटिकल पार्टियां नहीं उठा रही लाइक असी पिछले लगातार उन्हां नूं सवाल पूछा मनोहर कानिया ने हिसाब दीजिए हरियाणे दे विच बेरोजगारी दे विच हरियाणा CMIE दे आंकड़े मुताबिक 28% बेरोजगारी हरियाणे दे विच देश दे उत्ते टॉप ते कोई सवाल नहीं उठा रहे असी उह सवाल उठा रहे हैं ठीक है असी हरियाणा दी पॉलिटिक्स मुद्दा बेस्ड सेंट्रिक करना चाहते हैं तुहाडा स्टैंड की है हरियाणा दे SYL ते साडा स्टैंड बहुत क्लीयर है पंजाब हरियाणा हर एक थां असी गल कहीए असी हुणे पिछले दिन जन सरोकर यात्रा के साउथ हरियाणा भी जाके गल कही कि हरियाणा पंजाब आपसी गलबात राही इस मामले का हल कढ़न बावजूद यदि कि सुप्रीम कोर्ट का फैसला हो गया पर यह सुप्रीम कोर्ट के फैसले समाज को बनाने वास्ते नहीं होंगे सिर्फ उहदे नाल नहीं समाज बनता समाज आपसी गलबात नाल बनता है दोवें स्टेट बैठे डिप्लोमैटिक जवाब है जां पॉलिटिक्स तुहाडी इसे सर असीं लिख के कहा असीं बयान दे के कहा बार बार कहा तो असीं साउथ हरियाणा भी कहा असीं पंजाब के भी कहा तुहाडे चैनल ते पहले मैं ठीक है माली साहब अकाली दल की पोजिशन ऑकवर्ड हो जाऊगी जे हरियाणा दे विच अकाली दल चोणा लड़दा उत्थे अकाली दल की जाके कहूगा अकाली दल दी पोजीशन असल च पहली ऑकवर्ड हुई हुई है ना जी मतलब होने वाली कोई नवी कहानी तो है नहीं मोगा कन्वेंशन तो बाद पहला जदों इह कहिंदे सिखां दी नुमाइंदा पार्टी आ सिखां दे हक्कां लई भी लड़े पंजाब दे हक्कां लई भी लड़े पॉलिटिक्स भी कीती ते बाहरले सूबिआं दे विच जिहड़े सिख सी ओह मुख तौर ते धार्मिक मंगां मसलें लई लड़दे सी
ਅਕਾਲੀ ਦਲ ਦੀਆਂ ਇਕਾਈਆਂ ਵੀ ਹੈਗੀਆਂ ਸੀ, ਉਹ ਆਪਣੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਲੜਦੇ ਸੀ, ਦਿੱਲੀ ਕਮੇਟੀ ਐਕਟ ਬਣਾਉਣ ਲਈ ਉਹਦੇ ਲਈ ਲੜਦੇ ਸੀ। ਜਦੋਂ ਇਹਨਾਂ ਨੇ ਫਿਰ ਆਪਣੇ ਆਪ ਨੂੰ ਪੰਜਾਬੀ ਪਾਰਟੀ ਡਿਕਲੇਅਰ ਕੀਤਾ ਨਾ, ਆਹ ਜਿਹੜਾ ਮਰਜ਼ਾ ਚਿੜੀਏ ਜਿਉਂ ਪਾ ਚਿੜੀਏ, ਉਦੋਂ ਬਾਅਦ ਆ ਘੋਲ ਸ਼ੁਰੂ ਹੈ। ਇਹ ਹਰ ਇੱਕ ਵਾਰ ਇਹ ਪੋਜੀਸ਼ਨ ਲੈਂਦੇ ਨੇ, ਬੜੇ ਬੜੇ ਐਲਾਨ ਕਰਦੇ ਨੇ, ਲੜਾਂਗੇ ਲੜਾਂਗੇ ਲੜਾਂਗੇ, ਅਤੇ ਮੁੜ ਕੇ ਪਤਾ ਨਹੀਂ ਲੱਗਦਾ ਉਹ ਲੜਾਈ ਕਿੱਧਰ ਜਾਂਦੀ ਆ, ਸਮਝੌਤਾ ਕੀ ਹੁੰਦਾ। ਸੋ ਇਸ ਕਰਕੇ ਇਹਨਾਂ ਦੀ ਪੋਜੀਸ਼ਨ ਪਹਿਲੀ ਔਕਵਰਡ ਆ। ਹੁਣ ਕੀ ਹੋਣੀ ਆ, ਹੁਣ ਤਾਂ ਜਿਹੜੀਆਂ ਇਹਨਾਂ ਦੀਆਂ ਗੈਰ ਸਿਧਾਂਤਕ ਗੱਲਾਂ ਨੇ ਜਿਹਦੇ ਆਧਾਰ 'ਤੇ ਹੁਣ ਤੱਕ ਇਹ ਪੰਜਾਬ 'ਚ ਤਾਕਤ ਦੇ ਆਸਰੇ ਐਕਸਪਲੋਇਟ ਕਰਦੇ ਰਹੇ ਨੇ ਬਾਹਰਲੇ ਸੂਬਿਆਂ ਦੇ ਸਿੱਖਾਂ ਨੂੰ, ਉਹਦੀ ਸਮਰੱਥਾ ਵੀ ਇਹਨਾਂ ਦੀ ਬਹੁਤ ਘੱਟ ਗਈ। ਠੀਕ ਹੈ, ਇੱਕ ਛੋਟਾ ਬ੍ਰੇਕ ਲੈਣੇ, ਬ੍ਰੇਕ ਤੋਂ ਵਾਪਸ ਆਵਾਂਗੇ। ਬੈਂਸ ਸਾਹਿਬ ਤੋਂ ਸਵਾਲ ਸਮਝਣ ਦੀ ਕੋਸ਼ਿਸ਼ ਕਰਾਂ ਕਿ ਅਕਾਲੀ ਦਲ ਕਿਹੜੇ ਮੁੱਦਿਆਂ 'ਤੇ ਸਮਝੌਤਾ ਕਰੇਗਾ ਅਤੇ ਅਕਾਲੀ ਦਲ ਕਿਹੜੇ ਮੁੱਦਿਆਂ 'ਤੇ ਗੱਠਝੋਟ ਕਰੇਗਾ। ਸਵਾਲ ਬਹੁਤ ਸਾਰੇ ਹੋਣਗੇ ਅਕਾਲੀ ਦਲ ਤੋਂ, ਕਿਉਂਕਿ ਸਵਾਲ ਇਸ ਕਰਕੇ ਹੋਣਗੇ ਕਿਉਂਕਿ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦੀ ਹਿਤੈਸ਼ੀ ਪਾਰਟੀ ਕਹਿੰਦਾ ਰਿਹਾ, ਪੰਜਾਬੀਆਂ ਦੀ ਹਿਤੈਸ਼ੀ ਪਾਰਟੀ ਕਹਿੰਦਾ ਰਿਹਾ, ਪੰਜਾਬ ਦੇ ਮੁੱਦਿਆਂ ਦੀ ਹਿਤੈਸ਼ੀ ਪਾਰਟੀ ਕਹਿੰਦਾ ਰਿਹਾ, ਕਿਸਾਨੀ ਹਿਤੈਸ਼ੀ ਪਾਰਟੀ ਕਹਿੰਦਾ ਰਿਹਾ, ਅਤੇ ਜਦੋਂ ਕਿਸਾਨੀ ਦੀ ਗੱਲ ਹੁੰਦੀ ਹੈ ਫਿਰ ਪਾਣੀਆਂ ਦੀ ਗੱਲ ਹੁੰਦੀ ਹੈ, ਜਦੋਂ ਪਾਣੀਆਂ ਦੀ ਗੱਲ ਹੁੰਦੀ ਹੈ ਫਿਰ ਰਾਜਧਾਨੀ ਦੀ ਗੱਲ ਹੁੰਦੀ ਹੈ, ਜੋ ਰਾਜਧਾਨੀ ਦੀ ਗੱਲ ਹੁੰਦੀ ਹੈ ਫਿਰ ਸਮਝੌਤਿਆਂ ਦੀ ਗੱਲ ਹੁੰਦੀ ਹੈ, ਜੋ ਪੁਰਾਣੇ ਸਮਝੌਤੇ ਚੱਕੇ ਜਾਣਗੇ ਨਵੇਂ ਸਮਝੌਤੇ ਹੋਣਗੇ ਕੀ। ਬ੍ਰੇਕ ਤੋਂ ਵਾਪਸ ਆ ਕੇ ਸਵਾਲ ਹੋਣਗੇ ਜ਼ਰੂਰ। ਸਵਾਲ ਬੜਾ ਮਹੱਤਵਪੂਰਨ ਸਵਾਲ ਇਹ ਪੁੱਛ ਰਿਹਾ ਹਰਿਆਣਾ ਸ਼੍ਰੋਮਣੀ ਅਕਾਲੀ ਦਲ ਕਿਹੜੇ ਮੁੱਦਿਆਂ 'ਤੇ ਗੱਠਜੋੜ ਦਾ ਹੋਕਾ ਦੇ ਰਿਹਾ ਸਤਿੰਦਰ ਸਿੰਘ ਬੈਂਸ। ਤੁਸੀਂ ਲੰਬੇ ਸਮੇਂ ਤੋਂ ਪੱਤਰਕਾਰਤਾ ਕਰਦੇ ਪਏ ਸਤਿੰਦਰ ਸਿੰਘ ਬੈਂਸ, ਸ਼੍ਰੋਮਣੀ ਅਕਾਲੀ ਦਲ ਇਸ ਵਕਤ ਕਿਹੜੀ ਪੋਜੀਸ਼ਨ ਦੇ ਵਿੱਚ ਹੈਗਾ, ਉਹ ਪੋਜੀਸ਼ਨ ਤੁਸੀਂ ਦੱਸ ਦਿਓ। ਮੈਨੂੰ ਜਿਹੜੀ ਚੀਜ਼ ਸਮਝ ਆ ਰਹੀ ਹੈਗੀ ਆ, ਪੰਜਾਬ ਦੇ ਵਿੱਚ 23 ਸੀਟਾਂ 'ਤੇ ਸਮਝੌਤਾ ਹੈਗਾ, ਭਾਰਤੀ ਜਨਤਾ ਪਾਰਟੀ 23 ਸੀਟਾਂ 'ਤੇ ਅਕਾਲੀ ਦਲ ਤੋਂ ਅਕਾਲੀ ਦਲ ਨਾਲ ਲੜਦੀ ਹੈਗੀ ਹੈ ਪੰਜਾਬ ਦੇ ਵਿੱਚ। ਕੀ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਵਿੱਚ ਵੱਧ ਸੀਟਾਂ ਨਾ ਮੰਗ ਲਵੇ, ਇਸ ਲਈ ਹਰਿਆਣਾ ਵਾਲਾ ਪ੍ਰੈਸ਼ਰ ਬਿਲਟ ਅਪ ਰੱਖੋ, ਫਿਰ ਬਾਅਦ 'ਚ ਸਮਝੌਤਾ ਕਹਿ ਕੇ ਪਿੱਛੇ ਹਟ ਜਾਓ, ਇਹੀ ਕਹਾਣੀ ਤਾਂ ਨਹੀਂ ਪੈਸਾ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜੋ ਅਕਾਲੀ ਦਲ ਹੈ ਉਹ ਡਰੇਲ ਹੋ ਚੁੱਕਿਆ ਹੈ, ਇਸ ਵਕਤ ਟਰੈਕ ਤੋਂ ਭਟਕ ਚੁੱਕਿਆ ਹੈ, ਮਤਲਬ ਪੰਜਾਬ 'ਚ ਕਹਿ ਲਓ ਜਾਂ ਪੰਜਾਬ ਤੋਂ ਬਾਹਰ ਕਹਿ ਲਓ। ਮੈਂ ਨਹੀਂ ਸਮਝਦਾ ਕਿ BJP ਇੰਟਰਸਟਿਡ ਹੈਗੀ ਹੈ ਇਹਨਾਂ ਦੇ ਨਾਲ ਅਲਾਇੰਸ ਕਰਨ ਵਿੱਚ ਹਰਿਆਣੇ 'ਚ, ਕਿਉਂਕਿ ਜੇ BJP ਉਹ ਦੇਖੋ ਬੜੀਆਂ ਕੈਲਕੂਲੇਸ਼ਨਾਂ ਕਰਦੇ ਨੇ, ਪੋਲੀਟੀਕਲ ਲੈਵਲ ਦੇ ਉੱਤੇ ਬੜੇ ਹਾਈ ਸਟੇਕ ਹੈ। ਅਕਾਲੀ ਦਲ ਦੇ ਨਾਲ ਜੇ ਇਲੈਕਸ਼ਨ ਲੜਦੇ ਹਾਂ, ਕਿਉਂਕਿ ਹਰਿਆਣੇ ਦੇ ਜਿਹੜੇ ਸਿੱਖ ਹੈ, ਜਿਵੇਂ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਖਿਲਾਫ਼ ਹੈ ਸਿੱਖ, ਹਰਿਆਣੇ ਦੇ ਸਿੱਖ ਤਾਂ ਸਾਡੇ ਨਾਲੋਂ ਵੀ ਜ਼ਿਆਦਾ ਜਿਹੜੇ ਆ ਉਹ ਇਸ ਗੱਲ ਦੇ ਉੱਤੇ, ਜਿਹੜੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਜਾਂ ਹੋਰ ਇਸ ਤਰ੍ਹਾਂ ਦੇ ਮੁੱਦੇ ਹੈਗੇ, ਜਿਹੜੇ ਪੰਜਾਬ ਦੇ ਨਾਲ ਪਾਣੀਆਂ ਦਾ ਮੁੱਦਾ ਹੈ, ਹਰਿਆਣੇ ਦੇ ਲੋਕ ਤਾਂ ਹੋਰ ਜ਼ਿਆਦਾ ਖਿਲਾਫ਼ ਨੇ ਅਕਾਲੀ ਦਲ ਦੇ। ਸੋ ਉੱਥੇ BJP ਕਦੇ ਵੀ ਨਹੀਂ ਚਾਹੂਗੀ ਅਕਾਲੀ ਦੇ ਦਲ ਦੇ ਨਾਲ ਸਮਝੌਤਾ ਕੀਤਾ ਜਾਵੇ। ਸਿਰਫ ਇਹਨਾਂ ਨੂੰ ਲੋਲੀਪੋਪ ਦਿਖਾਤਾ ਸੀ ਲੋਕ ਸਭਾ 'ਚ ਕਿ ਤੁਹਾਨੂੰ ਅਸੈਂਬਲੀ 'ਚ ਕਰ ਲਾਂਗੇ, ਅਸੈਂਬਲੀ ਦੇ ਵਿੱਚ ਵੀ ਇਹ ਕੋਸ਼ਿਸ਼ ਕਰ ਰਹੇ ਆ, ਪਰ ਮੈਨੂੰ ਮੇਰੀ ਜਿਹੜੀ ਅੰਦਰੋਂ ਮਾਨਸਾ ਵਾਸਤੇ ਪਏ ਬਿਲਕੁਲ ਇਹਦਾ ਜਿਹੜਾ ਕੋਈ ਵੀ ਸਮਝੌਤਾ ਨਹੀਂ ਹੋਊਗਾ। ਔਰ ਅਕਾਲੀ ਦਲ 'ਚ ਇੰਨੀ ਹਿੰਮਤ ਹੈ ਨਹੀਂ ਕਿ BJP ਤੋਂ ਟੁੱਟ ਕੇ ਇਕੱਲੇ ਉੱਥੇ ਇਲੈਕਸ਼ਨ ਲੜਨ। ਮੈਂ ਜਿਹੜਾ ਸਵਾਲ ਕੀਤਾ ਸੀਗਾ ਕਿ ਤੁਹਾਨੂੰ ਲੱਗਦਾ ਕਿ ਪੰਜਾਬ ਵਿੱਚ 23 ਸੀਟਾਂ ਤੋਂ ਵੱਧ BJP ਮੰਗ ਨਾ ਕਰ ਲਏ, ਇਸ ਲਈ ਅਕਾਲੀ ਦਲ ਹਰਿਆਣੇ ਵਾਲਾ ਪ੍ਰੈਸ਼ਰ ਬਿਲਟ ਅਪ ਕਰਨਾ ਚਾਹੁੰਦਾ ਹੈ? ਦੇਖੋ, ਜੇ BJP ਵੱਧ ਸੀਟਾਂ ਮੰਗੇਗੀ, ਅਕਾਲੀ ਹੱਥ ਜੋੜ ਕੇ ਦੇਣਗੇ, ਇਹ ਵੀ ਤੁਹਾਨੂੰ ਮੈਂ ਦੱਸਦਾ, ਕਿਉਂਕਿ ਅਕਾਲੀ ਦਲ ਦੀ ਪੋਜੀਸ਼ਨ ਇਸ ਵਕਤ ਇਹ ਹੈਗੀ ਹੈ, ਟੋਟਲੀ ਡਿਪੈਂਡੈਂਟ ਹੈ ਹਰ ਕੰਮ ਦੇ ਵਾਸਤੇ। ਜਿਹੜੇ ਬੰਦਿਆਂ ਦਾ ਇੰਟਰਸਟ ਸਿਰਫ ਵਪਾਰ ਕਰਨਾ ਹੋਵੇ, ਉਹ ਕਿਸੇ ਵੀ ਦੇਸ਼ ਦੇ ਕਿਸੇ ਵੀ ਕੌਮ ਦੇ ਹਿੱਤਾਂ ਦੇ ਬਾਰੇ ਨਹੀਂ ਲੜ ਸਕਦੇ। ਇਸ ਕਰਕੇ BJP ਨੂੰ ਹੱਥ ਜੋੜ ਕੇ ਸੀਟਾਂ ਦੇਣਗੇ ਪੰਜਾਬ ਦੇ ਵਿੱਚ, ਕਿਸੇ ਨੇ ਨਹੀਂ ਲੜਨਾ। ਇਸ ਸਵਾਲ ਦਾ ਕੋਈ ਜਵਾਬ ਦੇਣਾ ਚਾਹੋਗੇ ਤੁਸੀਂ? ਪੰਜਾਬ ਦੇ ਵਿੱਚ ਤੁਹਾਡੇ ਤੋਂ ਵੱਧ ਸੀਟਾਂ ਨਾ ਮੰਗੀਆਂ ਜਾਂ ਇਸ ਕਰਕੇ ਤੁਸੀਂ ਹਰਿਆਣਾ ਵਾਲੀ ਪੋਲਿਟਿਕਸ ਕਰਨਾ ਚਾਹੁੰਦੇ? ਪਹਿਲੀ ਗੱਲ ਮੈਂ ਇੱਕ ਬੇਨਤੀ ਕਰਦੇ ਹਾਂ ਜੀ, ਜਿੰਨਾ ਬੈਂਸ ਸਾਹਿਬ ਮਾਲੀ ਸਾਹਿਬ ਅਕਾਲੀ ਦਲ ਨੂੰ ਛੋਟਾ ਕਰਕੇ ਆਂਕ ਰਹੇ ਆ ਨਾ, 10 ਸਾਲਾਂ ਦੀ ਸਰਕਾਰ ਬਾਅਦ ਜੇ ਥੋੜ੍ਹੀ ਬਹੁਤੀ ਐਂਟੀ ਇਨਕੰਬੈਂਸੀ ਔਰ ਇਹੋ ਜਿਹੀ ਮੈਂ ਕਹੂੰਗਾ ਕਿ ਸ਼ਗੂਫੇ ਛੱਡਣ ਵਾਲੇ ਲੋਕਾਂ ਨੇ, ਜਿਨ੍ਹਾਂ ਨੇ ਬੇਅਦਬੀ ਜਾਂ ਨਸ਼ਾ ਜਿਹੜਾ ਸਿਰਫ ਅਕਾਲੀ ਦਲ ਦੇ ਸਿਰ ਮੜਤਾ, ਤਾਂ ਉਹਦੇ ਨਾਲ ਅਕਾਲੀ ਦਲ ਛੋਟਾ ਨਹੀਂ ਹੁੰਦਾ ਅਤੇ ਨਾ ਮਰਦਾ। ਮੈਂ ਇੱਕ ਬੇਨਤੀ ਕਰਦਿਆਂ, ਦੂਜੀ ਮੈਂ ਬੇਨਤੀ ਕਰਦਿਆਂ, ਪਹਿਲਾਂ ਸਭ ਤੋਂ ਮੈਂ ਮਾਨ ਸਾਹਿਬ ਦੀ ਗੱਲ ਦਾ ਜਵਾਬ ਦੇ ਦਿਆਂ, ਜਿਹੜੇ ਕਹਿੰਦੇ ਕੋਈ ਗੱਲ ਹੀ ਨਹੀਂ ਚੱਲੀ। ਅਮਿਤ ਸ਼ਾਹ ਜੀ ਨੇ ਮੁੱਖ ਮੰਤਰੀ ਨੂੰ ਹਦਾਇਤ ਕੀਤੀ ਅਤੇ ਸਰਸੇ 'ਚ ਸੀ, ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ, ਜਾਂ ਰੋਹਤਕ ਸੀ ਜਿੱਥੇ ਵੀ ਸੀਗੇ ਮੁੱਖ ਮੰਤਰੀ ਉਸ ਦਿਨ, ਅਤੇ ਸਾਡੇ ਸਾਹਿਬ ਬਲਵਿੰਦਰ ਸਿੰਘ ਭੁੰਦੜ ਜੀ ਨੂੰ ਉੱਥੇ ਬੁਲਾਇਆ ਗਿਆ ਅਤੇ ਉੱਥੇ ਜੁਆਇੰਟਲੀ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਉਹਦੇ 'ਚ ਕਿਹਾ ਗਿਆ, ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਹਾਂ ਵਿਧਾਨ ਸਭਾ ਅਸੀਂ ਰਲ ਕੇ ਲੜਾਂਗੇ ਅਤੇ ਲੋਕ ਸਭਾ ਦੇ ਵਿੱਚ ਇਹ ਸਾਡੀ ਮਦਦ ਕਰਨਗੇ ਔਰ ਇਹੀ ਸਾਡੀ ਪਾਰਟੀ ਦਾ ਉੱਤਰੋਂ ਲੀਡਰਸ਼ਿਪ ਦਾ ਫੈਸਲਾ ਹੈ। ਇਸ ਕਰਕੇ ਮਾਨ ਸਾਹਿਬ ਦੇ ਟੇਬਲ 'ਤੇ ਸ਼ਾਇਦ ਕੋਈ ਨਾ ਗੱਲ ਹੋਵੇ ਜਾਂ ਛੋਟੇ ਇਹਨਾਂ ਦੇ ਪ੍ਰਧਾਨ ਦੇ ਲੈਵਲ 'ਤੇ ਵੀ ਨਾ ਹੋਵੇ, ਮੈਂ ਜਿਹੜਾ ਸਾਡੇ ਇਹਨਾਂ ਦੇ ਹਿੰਦੁਸਤਾਨ ਦੇ ਪ੍ਰਧਾਨ ਸਾਹਿਬ ਨੇ, ਭਾਵੇਂ JP ਨੱਡਾ ਸਾਹਿਬ ਨੇ ਜਦੋਂ ਦੇ ਐਕਟਿੰਗ ਬਣੇ, ਉਹਨਾਂ ਨਾਲ ਵੀ ਦੋ ਮੀਟਿੰਗਾਂ ਸਾਡੇ ਸਾਹਿਬ ਬਲਵਿੰਦਰ ਸਿੰਘ ਭੁੰਦੜ ਸਾਹਿਬ ਦੀਆਂ ਹੋ ਚੁੱਕੀਆਂ ਔਰ ਅਮਿਤ ਸ਼ੀ ਸ਼ਾਹ ਜੀ ਨਾਲ ਵੀ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਗੱਲ ਹੋ ਚੁੱਕੀ ਹੈ। ਔਰ ਰਹੀ ਗੱਲ ਕਿ ਜਿਹੜਾ ਹਰ ਗੱਲ ਨੂੰ ਛੋਟਾ ਕਰਕੇ ਆਂਕਣਾ ਅਕਾਲੀ ਦਲ ਲਈ, ਮੇਰੀ ਇੱਕ ਬੇਨਤੀ ਹੈ ਕਿ ਦੂਜੀ ਇਹਨਾਂ ਨੇ ਕਹੀ ਹੈ ਕਿ ਜ਼ਰੂਰਤ ਨਹੀਂ ਹੈ। ਦੇਖੋ, ਇਹ ਤੁਹਾਡਾ ਤਾਂ ਕੰਮ ਜਿਹੜਾ ਜਿਹੜੇ ਹੁੰਦੇ ਆ ਰਿਪੋਰਟਰ
ਖਟਾਰ ਸਾਹਿਬ ਚਲੋ ਤੁਸੀਂ ਕਹਿੰਦੇ ਮਸਾਲੇ ਵਾਲੀਆਂ ਖਬਰਾਂ ਰਿਪੋਰਟਰਾਂ ਦਾ ਕੰਮ ਹੁੰਦਾ, ਤੁਸੀਂ ਕਹਿ ਸਕਦੇ ਹੋ, ਤੁਹਾਨੂੰ ਸੰਵਿਧਾਨ ਹੱਕ ਦਿੰਦਾ। ਸਵਾਲ ਹੈ ਬਰਾੜ ਸਾਹਿਬ, ਜਿਹੜੇ ਤੁਹਾਡੇ ਮੁੱਦੇ ਹੈਗੇ ਆ, ਜਿਹਨਾਂ ਮੁੱਦਿਆਂ ਤੁਸੀਂ ਹੁਣ ਤੱਕ ਸਿਆਸਤ ਕੀਤੀ, SYL ਚੰਡੀਗੜ੍ਹ, ਉਹ ਛੱਡ ਦੋਗੇ? ਦੇਖੋ, ਦੋ ਤਿੰਨ ਗੱਲਾਂ ਨੇ, ਜਿਵੇਂ ਗੁਰਦਾਰਾ ਸਾਹਿਬ ਨੇ ਵੀ ਕੀਤੀ ਹੈ ਗੱਲ, ਸਾਡਾ ਸਭ ਤੋਂ ਪਹਿਲਾਂ SYL ਦਾ ਸਟੈਂਡ ਕੀ ਹੈ ਕਿ ਜੇ ਪਾਣੀ ਹੈਗਾ ਤੇ ਚਲੋ ਵੰਡ ਕੇ ਦਿੱਤਾ ਜਾਂਦਾ, ਤੇ ਜੇ ਪਾਣੀ ਹੈ ਨਹੀਂ ਤਾਂ ਵੰਡ ਕੇ ਕਿੱਥੇ? ਇਧਰੋਂ ਹਰਿਆਣਾ ਬੀਜੇਪੀ ਦਾ ਸਟੈਂਡ ਹੈ ਅਲੀ ਬਰਾੜ ਸਾਹਿਬ, ਹਰਿਆਣਾ ਬੀਜੇਪੀ ਦਾ ਸਟੈਂਡ ਇਹ ਹੈ ਕਿ ਪਾਣੀ ਹੈ ਜਾਂ ਨਹੀਂ, ਨਹਿਰ ਬਣਾਓ ਪਹਿਲਾਂ। ਮੇਰੀ ਬੇਨਤੀ ਇਹ ਸੁਣ ਲਓ ਵੀ ਬਾਕੀ ਪਾਰਟੀਆਂ ਤਾਂ ਦੋਨੇ ਸੂਬਿਆਂ 'ਚ ਲੜ ਸਕਦੀਆਂ, ਤੇ ਅਕਾਲੀ ਦਲ ਵੇਲੇ ਇਕੱਲੇ ਵਾਰੀ ਡਿੱਕਾ ਕਿਉਂ ਆ ਸਕਦਾ? ਇੱਕ ਗੱਲ, ਹਰਿਆਣੇ ਦਾ ਜਿਹਨੂੰ ਟਾਪ ਦੀ ਲੜਾਈ ਲੜੇ, ਵਧੀਆ ਤਰਕ ਹੈ। ਮੇਰੀ ਉਹੀ ਹੈ ਨਾ ਕਿ ਤੁਸੀਂ ਇਕੱਲਾ ਅਕਾਲੀ ਦਲ ਨੂੰ ਬੰਨਣ ਦੇ ਰਹਿੰਦੇ ਹੋ, ਸਾਰੇ ਮੈਂ ਵੇਖ ਲਿਆ, ਇੱਕ ਮੈਂ ਬੇਨਤੀ ਕਰ ਲਿਆ, ਮੇਰੀ ਇਹ ਬੇਨਤੀ ਹੈਗੀ ਆ ਕਿ ਇਹ ਇੱਕ ਮੁੱਦੇ ਜਿਹੜੇ ਹੈਗੇ ਆ ਆਪਣੋ ਆਪਣੇ ਸੂਬਿਆਂ ਦੇ ਵੱਖਰੋ ਵੱਖਰੇ ਰਹਿਣੇ ਆ। ਪਰ ਜੇ ਮੰਨ ਲਓ ਸੀਟਾਂ ਤਾਂ ਅਸੀਂ ਪਿਛਲੇ ਵਾਰੀ ਵੀ ਲੜੀਆਂ, ਇੱਕ ਵਿਧਾਇਕ ਹੈਗਾ ਸਾਡਾ, ਇੱਕ ਨਹੀਂ, ਜਦੋਂ ਬਰਾੜ ਸਾਹਿਬ ਅਸੀਂ ਕਿਸੇ ਸਿਆਸੀ ਰੈਲੀ ਵਿੱਚ ਜਾਂਦੇ, ਉੱਥੇ ਜਾ ਕੇ ਮੁੱਦੇ ਦੱਸਦੇ ਆ। ਤੁਸੀਂ ਕੁਰੂਕਸ਼ੇਤਰ ਦੀ ਗੱਲ ਕੀਤੀ ਹੈ, ਪਿਛਲੇ ਰੈਲੀ ਕੀਤੀ ਹੈ, ਉੱਥੇ ਤੁਸੀਂ ਪਾਣੀ ਦਾ ਜ਼ਿਕਰ ਤੱਕ ਨਹੀਂ ਕੀਤਾ, ਤੁਸੀਂ ਚੰਡੀਗੜ੍ਹ ਦਾ ਜ਼ਿਕਰ ਤੱਕ ਨਹੀਂ ਕੀਤਾ। ਚਲੋ ਨਹੀਂ ਕੀਤਾ, ਉਹ ਵੀ ਤਾਂ ਫਿਰ ਮਿਲ ਬੈਠ ਕੇ ਵੀ ਤਾਂ ਹੋ ਸਕਦਾ ਨਾ, ਉਹਦੇ 'ਚ ਕੀ ਗੱਲ ਹੈ? ਹਰਿਆਣਾ ਤੇ ਖੁਦ ਮੇਰਾ ਖਿਆਲ ਹੋ ਸਕਦਾ ਰਾਜਸਥਾਨੀ ਖੁਦ ਆਪਣੇ ਹਾਈ ਕੋਰਟ 'ਚ ਵੀ ਇਹਨਾਂ ਨੇ ਇਹ ਗੱਲ ਕਹਿਤੀ ਹੈ ਕਿ ਸਾਡੇ ਦਾ ਹਿੱਸਾ ਹੈ ਨਹੀਂ। ਮਾਨ ਸਾਹਿਬ ਆਪਣੇ ਫੈਕਟ ਚੈੱਕ ਕਰੋ, ਬਰਾੜ ਸਾਹਿਬ ਨੇ ਕਿਹਾ ਤੁਸੀਂ ਆਪਣੇ ਫੈਕਟ ਚੈੱਕ ਕਰੋ, ਤੁਸੀਂ ਭਰੋਸਾ ਦਿੱਤਾ ਸੀ ਉਹਦੇ। ਇਸ ਤਰ੍ਹਾਂ ਕੇਪੀ ਜੀ, ਫੈਕਟਸ ਮੇਰੇ ਪ੍ਰੋਪਰ ਚੈੱਕਡ ਆ, ਤੇ ਕਿਤੇ ਅਗਰ ਤੁਸੀਂ ਇਹਨਾਂ ਦੀ ਗੱਲ ਤੇ ਗੌਰ ਫਰਮਾਓ ਤੇ ਜਿਹੜੀ ਗੱਲ ਇਹਨਾਂ ਨੇ ਆਖੀ ਆ, ਉਹਨਾਂ ਨੇ ਆਪ ਕਿਹਾ ਕਿ 22 ਤਰੀਕ ਨੂੰ ਹਲੇ ਸਾਡੀ ਇੱਕ ਮੀਟਿੰਗ ਹੋਣੀ ਹੈ, ਅਸੀਂ ਸਕਰੀਨਿੰਗ ਕਰਨੀ ਆ, ਤੇ ਹਲੇ ਤੁਸੀਂ ਇਹਨਾਂ ਨੂੰ ਦੋ ਤਿੰਨ ਵਾਰੀ ਜਿੱਥੋਂ ਟੋਲ ਕੇ ਵੇਖਿਆ ਕਿ ਜੀ 30-15-10 ਇਹਨਾਂ ਨੇ ਉਦੋਂ ਕਿਹਾ ਕਿ 10 ਅਸੀਂ ਸੋਚ ਰਹੇ ਆ, ਤੇ ਇਹਨਾਂ ਦੇ ਵੱਲੋਂ ਕੋਈ ਵੀ ਫਾਰਮਲ ਸਾਡੇ ਕੋਲ ਪ੍ਰਪੋਜ਼ਲ ਨਹੀਂ ਹੈ। ਮਾਨ ਸਾਹਿਬ, ਸਵਾਲ ਇਹ ਨਹੀਂਗਾ, ਸਵਾਲ ਇਹ ਹੈ ਮਾਨ ਸਾਹਿਬ ਕਿ ਤੁਸੀਂ ਇਹਨਾਂ ਨੂੰ ਕਮਿਟ ਕੀਤਾ ਸੀ ਉਸ ਕਮਿਟਮੈਂਟ ਤੋਂ ਹਰਿਆਣਾ ਬੀਜੇਪੀ ਭਜਦੀ ਪਈ ਆ? ਦੋ ਤਿੰਨ ਗੱਲਾਂ ਪਹਿਲਾਂ ਕਲੀਅਰ ਹੋ ਜਾਣ। ਨਹੀਂ ਮਾਨ ਸਾਹਿਬ, ਇਹ ਸਵਾਲ ਦਾ ਜਵਾਬ ਤਾਂ ਦੇ ਦਿਓ ਨਾ, ਬੜਾ ਸਟ੍ਰੇਟ ਸਵਾਲ ਕਰਦਾ ਮੈਂ ਮਾਨ ਸਾਹਿਬ, ਬੜਾ ਸਧਾਰਨ ਸਵਾਲ ਹੁੰਦਾ। ਮੈਂ ਤੁਹਾਡੀ ਗੱਲ ਦਾ ਹੀ ਜਵਾਬ ਦੇ ਰਿਹਾ ਆ, ਦੋ ਤਿੰਨ ਪੁਆਇੰਟ ਨਿਕਲ ਗਿਆ ਆ, ਇਹ ਪੁਆਇੰਟ ਮੈਂ ਤੁਹਾਡਾ ਨੋਟ ਕਰ ਲਿਆ, ਮੈਂ ਕਵਰ ਸਾਰੀਆਂ ਗੱਲਾਂ ਕਰ ਰਿਹਾ। ਪਹਿਲੀ ਚੀਜ਼ ਜਿਹੜਾ ਤੁਸੀਂ ਮੈਨੂੰ ਸਵਾਲ ਸਭ ਤੋਂ ਪਹਿਲਾਂ ਪੁੱਛਿਆ ਸੀ ਆਪਣਾ, ਤੁਸੀਂ ਫੈਕਟ ਸਟ੍ਰੇਟ ਕਰੋ, ਮੇਰੇ ਫੈਕਟ ਸਟ੍ਰੇਟ ਆ। ਜਿਹੜਾ ਬੈਨ ਸਾਹਿਬ ਨੇ ਗੱਲ ਕਹੀ ਆ, ਬਰਾੜ ਸਾਹਿਬ ਨੇ ਜਿਹੜੀ ਗੱਲ ਕਹੀ ਆ, ਉਹ ਉਸ 'ਚੋਂ ਹੀ ਨਿਕਲ ਕੇ ਆ ਗਈ ਗੱਲ ਕਿ ਬਰਾੜ ਸਾਹਿਬ ਦੇ ਵੱਲੋਂ ਹਲੇ ਕੋਈ ਫਾਰਮਲ ਪ੍ਰਪੋਜ਼ਲ ਨਹੀਂ ਆ, ਪਹਿਲੀ ਗੱਲ। ਅੱਛਾ, ਦੂਜਾ ਜਿਹੜਾ ਤੁਸੀਂ ਸਵਾਲ ਪੁੱਛਿਆ ਬਰਾੜ ਸਾਹਿਬ, ਮੈਂ ਅਮਿਤ ਸ਼ਾਹ ਜੀ ਦੀ ਗੱਲ ਕਰ ਰਿਹਾ, ਤੁਸੀਂ ਕਹਿ ਦਿਓ ਵੀ ਨਹੀਂ ਗੱਲ ਹੋਈ, ਮੈਂ ਅਗਲਾ ਜਵਾਬ ਦੇ ਦਿਆਂ ਨਾ। ਆ ਰਿਹਾ ਜੀ, ਇਹਦਾ ਜਵਾਬ ਦੇ ਦਿਓ ਨਾ, ਆਪਾਂ ਗੱਲ ਕਰੀਏ ਉਸੇ ਤੇ ਆ ਰਹੇ ਹਾਂ, ਉਸੇ ਤੇ ਆ ਰਹੇ ਹਾਂ ਬਰਾੜ ਸਾਹਿਬ। ਪਹਿਲੀ ਗੱਲ ਤਾਂ ਇਹ ਆ ਕਿ ਤੁਹਾਡੇ ਵੱਲੋਂ ਕੋਈ ਪ੍ਰਪੋਜ਼ਲ ਨਹੀਂ ਹੈ, ਤੁਹਾਡੇ ਦਾ ਆਪਣੀ ਕਮੇਟੀ ਵਾਲੇ, ਅਸੀਂ ਸਟੇਟ ਨੂੰ ਪ੍ਰਪੋਜ਼ਲ ਨਹੀਂ ਦੇ ਰਹੇ, ਅਸੀਂ ਇੰਡੀਆ ਦੇ ਪ੍ਰਧਾਨ ਸਾਹਿਬ ਨੂੰ ਦੇ ਰਹੇ ਹਾਂ, ਗੱਲ ਖਤਮ ਹੋ ਗਈ। ਤੁਸੀਂ ਫਿਰ ਇਸ ਤਰ੍ਹਾਂ ਹੈ ਜੀ, ਤੁਸੀਂ ਇੰਡੀਆ ਦੇ ਪ੍ਰਧਾਨ ਸਾਹਿਬ ਨੂੰ ਦੇ ਦਿਓ ਪ੍ਰਪੋਜ਼ਲ। ਮੈਂ ਆਪਣੀ ਪਾਰਟੀ ਦਾ ਬੁਲਾਰਾ ਹਾਂ, ਹਰਿਆਣੇ ਦਾ ਬੁਲਾਰਾ, ਮੈਂ ਹਰਿਆਣੇ ਦੇ ਪ੍ਰਧਾਨ ਨਾਲ ਗੱਲ ਕਰਕੇ ਆਇਆ, ਮੈਂ ਆਪਣਾ ਸਟੈਂਡ ਕਲੀਅਰ ਕਰ ਰਿਹਾ ਵੀ ਸਾਡੇ ਕੋਲ ਇਹਨਾਂ ਦੇ ਵੱਲੋਂ ਕੋਈ ਪ੍ਰਪੋਜ਼ਲ ਨਹੀਂ ਹੈ। ਪਹਿਲੀ ਗੱਲ, ਤੁਹਾਡੇ ਵੱਲੋਂ ਕੋਈ ਕਮਿਟਮੈਂਟ ਵੀ ਨਹੀਂ ਸੀ? ਨਹੀਂ, ਜੇ ਤੁਸੀਂ ਸ਼ੁਰੂ 'ਚ ਕਿਹਾ। ਨਹੀਂ ਜੀ, ਨਹੀਂ, ਪਹਿਲੀ ਗੱਲ ਇਹਨਾਂ ਨੇ ਜਦੋਂ ਸੀਟਾਂ ਦੀ ਗੱਲ ਆਈ ਹਰਿਆਣੇ 'ਚ, ਲੋਕ ਸਭਾ 'ਚ 3 ਸੀਟਾਂ ਮੰਗਦੇ ਸੀਗੇ, ਉਦੋਂ ਇਹਨਾਂ ਨੇ ਕਿਹਾ ਸੀ ਅਸੀਂ ਬਾਹਰੋਂ ਸਪੋਰਟ ਕਰਾਂਗੇ, ਉਦੋਂ ਵੀ ਇਹਨਾਂ ਨਾਲ ਕੋਈ ਸੀਟ ਸ਼ੇਅਰਿੰਗ ਨਹੀਂ, ਇਹਨਾਂ ਨੇ ਆਪ ਕਿਹਾ। ਇੱਕ ਮਿੰਟ ਠਹਿਰੋ ਸਰ, ਠਹਿਰੋ, ਤੁਸੀਂ ਇਹਨਾਂ ਦੀ ਇਸੇ ਡਿਬੇਟ ਦੀ ਓਪਨਿੰਗ ਖੋਲ ਕੇ ਸੁਣ ਲੈਣਾ। ਇਹਨਾਂ ਨੇ ਕਿਹਾ ਜੀ ਸੀਟਾਂ ਦੇ ਉੱਪਰ ਕਿਹੜੀਆਂ ਸੀਟਾਂ ਹੋਣਗੀਆਂ, ਕਿੰਨੀਆਂ ਸੀਟਾਂ ਹੋਣਗੀਆਂ, ਕੋਈ ਡਿਸੀਜਨ ਨਹੀਂ ਸੀ ਹੋਇਆ, ਉਹ ਗੱਲ ਹੁਣ ਵੀ ਉੱਥੇ ਹੀ ਕਾਇਮ ਹੈ, ਇਹ ਵੀ ਉਹੀ ਗੱਲ ਕਹਿ ਰਹੀ ਆ। ਮੈਂ ਉਹੀ ਗੱਲ ਰਿਪੀਟ ਕਰ ਰਿਹਾ ਤਾਂ ਮੈਂ ਤੁਹਾਨੂੰ ਬੁਰਾ ਲੱਗਦਾ? ਮੈਂ ਤੁਹਾਨੂੰ ਕਹਿਦਾ ਰਿਹਾ ਕੋਈ ਕਮਿਟਮੈਂਟ ਹੋਈ ਨਹੀਂ ਨੰਬਰ ਆਫ ਸੀਟਸ ਦੀ, ਆਪਾਂ ਰਲ ਘਟ ਨਾ ਲੋਕੇਸ਼ਨ ਦੀ ਗੱਲ ਹੋਈ। ਇੱਕ ਮਿੰਟ ਸੁਣ ਤਾ ਲਓ ਨਾ ਮਾਨ ਸਾਹਿਬ, ਸਵਾਲ ਤਾਂ ਸੁਣ ਲਓ, ਰਲ ਘਟ ਨਾ ਕਰੀ ਚੀਜ਼ਾਂ ਆਪਾਂ ਨੂੰ। ਮੈਨੂੰ ਇਹ ਸਵਾਲ ਦਾ ਜਵਾਬ ਦਿਓ, ਜਿਹੜੀ ਗੱਲ ਇਹਨਾਂ ਕੀ ਆ ਕਿ ਪ੍ਰੈਸ ਕਾਨਫਰੰਸ ਸਾਂਝੇ ਤੌਰ ਤੇ ਹੋਈ ਸੀ, ਉੱਥੇ ਇੱਕ ਭਰੋਸਾ ਦਿੱਤਾ ਗਿਆ ਸੀ, ਉਸ ਭਰੋਸੇ ਤੋਂ ਹਰਿਆਣਾ ਬੀਜੇਪੀ ਪਿੱਛੇ ਹਟ ਰਹੀ ਹੈ? ਨਹੀਂ ਨਹੀਂ ਨਹੀਂ, ਤੁਸੀਂ ਪਹਿਲਾਂ ਗੱਲ ਸੁਣੋ, ਇਹਨਾਂ ਨੇ ਕੀ ਆਖਿਆ, ਤੁਸੀਂ ਇਹਨਾਂ ਦੇ ਵਰਡਿੰਗ ਸੁਣ ਲਿਓ। ਇਹਨਾਂ ਨੇ ਕਿਹਾ ਉਸ ਕਾਮਨ ਪ੍ਰੈਸ ਕਾਨਫਰੰਸ 'ਚ ਕੋਈ ਨੰਬਰ ਆਫ ਸੀਟ ਦੀ ਗੱਲ ਨਹੀਂ ਹੋਈ ਸੀਗੀ, ਉਸ ਪ੍ਰੈਸ ਕਾਨਫਰੰਸ 'ਚ ਕੋਈ ਡਿਕਲੇਅਰ ਨਹੀਂ ਕੀਤੀ ਸੀ ਵੀ ਆਹ ਸੀਟਾਂ ਦਿੱਤੀਆਂ ਜਾਣਗੀਆਂ, ਨਾ ਸੀਟਾਂ ਦਾ ਨੰਬਰ ਦੱਸਿਆ ਗਿਆ ਕਿ ਵੀ ਆਹ ਗਿਣਤੀ ਇੰਨੀ ਹੋਊਗੀ, ਨਾ ਸੀਟਾਂ ਦੱਸੀਆਂ ਗਈ ਵੀ ਫਲਾਣੀ ਫਲਾਣੀ। ਮਾਨ ਸਾਹਿਬ ਚਲੋ ਤੁਹਾਡੀ ਗੱਲ ਤੇ ਆ ਜਾਣਾ, ਮਾਨ ਸਾਹਿਬ ਤੁਹਾਡੀ ਗੱਲ ਤੇ ਆ ਜਾਣਾ, ਤੁਹਾਡੀ ਗੱਲ ਤੇ ਆ ਜਾਣਾ, ਮਾਨ ਸਾਹਿਬ ਤੁਹਾਡੀ ਗੱਲ ਤੇ ਆ ਜਾਣਾ, ਤੁਹਾਡੀ ਗੱਲ ਤੇ ਆ ਜਾਣਾ ਮਾਨ ਸਾਹਿਬ, ਮੈਨੂੰ ਇਹ ਸਵਾਲ ਦਾ ਜਵਾਬ ਦੇ ਦਿਓ, ਤੁਸੀਂ ਸੀਟ ਸ਼ੇਅਰਿੰਗ ਇਹਨਾਂ ਨਾਲ ਕਰਨੀ ਹੈ ਜਾਂ ਨਹੀਂ? ਸਵਾਲ ਬੜੇ ਮਹੱਤਵਪੂਰਨ ਪੁੱਛੇ ਜਾਣ ਕੇ, ਉਹ ਮੁੱਦਿਆਂ ਦੇ ਆਧਾਰਿਤ ਜਿਹੜੀ ਵਿਚਾਰਧਾਰਾ ਤੇ ਆਧਾਰਿਤ ਜਿਹੜੀ ਸਿਆਸਤ ਹੁੰਦੀ ਸੀ, ਕਿ ਉਹ ਸਿਆਸਤ ਤੋਂ ਅਕਾਲੀ ਦਲ ਪਾਸੇ ਨਹੀਂ ਹੋ ਸਕਦਾ, ਅਕਾਲੀ ਦਲ ਨੇ ਵੀ ਇਹ ਸਵਾਲ ਰੱਖਿਆ ਹੈਗਾ, ਸਾਨੂੰ ਹੀ ਕਿਉਂ ਰੋਕਿਆ ਜਾਂਦਾ ਹੈਗਾ? ਪਰ ਸਵਾਲ ਇਹ ਹੈਗਾ, ਸ਼ੰਭੂ ਬਾਰਡਰ ਟੱਪਦਿਆਂ ਪੋਲਿਟਿਕਸ ਕਿੰਨਾ ਬਲਦੀ ਹੈਗੀ ਆ, ਇਹ ਸਵਾਲ
ਸ਼ਕਤੀ ਬਹੁਤ ਸੀ ਜਦੋਂ 10 ਸਾਲ ਅਕਾਲੀ ਦਲ ਦੀ ਸਰਕਾਰ ਸੀ ਸਰਕਾਰ ਹੁੰਦੇ ਹੋਏ ਇੰਨੀ ਤਾਕਤ ਸੀ ਅਕਾਲੀ ਦਲ ਦੀ ਬਰਾੜ ਸਾਹਿਬ ਨਾਲ ਮੈਂ ਸਹਿਮਤ ਹੋ ਸਕਦਾ ਉਦੋਂ ਵੀ ਵੱਡੀ ਤਾਕਤ ਬਣ ਕੇ ਉਹਨੇ ਗੱਲਾਂ ਦਾ ਕੋਈ ਮੈਨੂੰ ਪਤਾ ਨਹੀਂ ਇਹਨਾਂ ਨਾਲ ਮੈਂ ਬਹਿਸ ਨਹੀਂ ਪੈਂਦਾ ਜਦੋਂ ਉਦੋਂ ਨਹੀਂ ਭਾਜਪਾ ਨਾਲ ਸੀਟ ਸ਼ੇਅਰਿੰਗ ਹੋਈ ਤੇ ਜਿਨ੍ਹਾਂ ਨਾਲ ਸੀਟ ਸ਼ੇਅਰਿੰਗ ਹੋਈ ਉੱਥੇ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨ 'ਤੇ ਨਹੀਂ ਲੜਿਆ ਰਿਸ਼ਤਾ ਕੀ ਆ ਐਡਜੰਕਟ ਪਾਰਟ ਜਿਵੇਂ ਟਰੈਕਟਰ ਦੇ ਮਗਰ ਟਰਾਲੀ ਹੁੰਦੀ ਹੈ ਨਾ ਜੀ ਵੀ ਪੰਜਾਬ ਦੇ ਵਿੱਚ ਅਕਾਲੀ ਜੋ ਚਾਹੁਣ ਉਸੇ ਤਰ੍ਹਾਂ ਉਹ ਬੋਲਣ ਨਾ ਭਾਜਪਾ ਵਾਲੇ ਰੋਂਦੇ ਰਹੇ ਨਾ ਵਿਚਾਰੇ ਪਿਛਲੀ ਵਾਰ ਚੋਣ ਲੜੀ ਸਿੱਧੂ ਇਹ ਲੋਕ ਦਲ ਨਾਲ ਲੜੇ ਤੇ ਸਿੱਧੂ ਭਾਜਪਾ ਦਾ ਕੰਪੇਨਰ ਸੀ ਰੋਜ਼ ਅੱਖਾਂ 'ਚ ਉਂਝੂ ਆਉਂਦੇ ਸੀ ਨਾ ਸਾਹਮਣੇ ਪਤਾ ਲੱਗ ਰਿਹਾ ਸੀ ਨਾ ਵੀ ਰਿਸ਼ਤਾ ਕਿਹੋ ਜਿਹਾ ਸੋ ਇਸ ਕਰਕੇ ਬਾਹਰ ਵੀ ਇਹੀ ਆ ਹੁਣ ਜਿਵੇਂ ਦਿੱਲੀ ਆ ਦਿੱਲੀ ਦੇ ਵਿੱਚ ਵੀ ਪ੍ਰੋਬਲਮ ਇਹੀ ਆ ਜਦੋਂ ਤੁਸੀਂ ਬਾਹਰਲੀਆਂ ਸਾਰੀਆਂ ਫੋਰਸਾਂ ਨੂੰ ਆਪਣੇ ਜਿਹੜੇ ਪੰਜਾਬ ਦੇ ਜਾਂ ਨਿੱਜੀ ਸਿਆਸੀ ਹਿੱਤ ਨੇ ਉਹਨਾਂ ਦੀ ਕੀਮਤ 'ਤੇ ਵਰਤੋਂਗੇ ਤਾਂ ਬਾਹਰਲਿਆਂ ਨੂੰ ਵੀ ਪ੍ਰੋਬਲਮ ਆਉਂਦੀ ਆ ਹੋਰਾਂ ਨੂੰ ਵੀ ਪ੍ਰੋਬਲਮ ਆਉਂਦੀ ਆ ਆਹ ਮਨਜੀਤ ਸਿੰਘ ਜੀਕੇ ਦਾ ਕੀ ਹੋ ਗਿਆ ਜੀ ਹੁਣ ਤੁਹਾਡੇ ਸਾਹਮਣੇ ਆ ਨਾ ਜੀ ਸੋ ਇਸ ਕਰਕੇ ਅਕਾਲੀ ਦਲ ਦੀ ਪਹੁੰਚ ਆ ਜਿਹੜੀ ਨਾ ਤਾਂ ਖੇਤਰੀ ਪਾਰਟੀ ਵਾਲੀ ਆ ਨਾ ਨੈਸ਼ਨਲ ਪਾਰਟੀ ਵਾਲੀ ਆ ਇਹ ਤਾਂ ਹੈ ਵੀ ਜਿਵੇਂ ਤੁੱਕਾ ਸੂਤ ਆਉਂਦਾ ਨਿੱਜੀ ਸਵਾਰਥ ਖਾਤਰ ਪੰਜਾਬ ਖਾਤਰ ਇੱਕ ਸਾਡੇ ਹਿੱਤਾਂ ਖਾਤਰ ਇਹ ਵਰਤਦੇ ਨੇ ਸਾਰੇ ਕਿਸੇ ਬਰਾੜ ਸਾਹਿਬ ਸਵਾਲ ਇਹ ਹੈਗਾ ਕਿ ਤੁਸੀਂ ਸ਼ੰਭੂ ਬਾਰਡਰ ਟਰੱਪ ਦੀਆਂ ਦਿੱਲੀ ਯੂਪੀ ਰਾਜਸਥਾਨ ਹਰਿਆਣਾ ਸਾਰਿਆਂ ਦੀ ਗੱਲਾਂ ਕਰਦੇ ਹਾਂ ਇੱਕ ਵਾਰ ਤਾਂ ਤੁਹਾਡੇ ਪ੍ਰਧਾਨ ਸਾਹਿਬ ਨੇ ਕੈਨੇਡਾ ਤੱਕ ਦੀ ਵੀ ਗੱਲ ਕਰ ਦਿੱਤੀ ਸੀ ਇੱਕ ਵਾਰ ਤਾਂ ਮੰਗਲ ਗ੍ਰਹਿ ਤੱਕ ਦੀ ਵੀ ਗੱਲ ਹੋ ਗਈ ਸੀ ਸਵਾਲ ਇਹ ਹੈ ਤੁਸੀਂ ਪੰਜਾਬ ਤੋਂ ਬਾਹਰ ਚੋਣ ਲੜਨੀ ਕਿੱਥੇ ਹੈਗੀ ਬਰਾੜ ਸਾਹਿਬ ਮੰਗਲ ਗ੍ਰਹਿ 'ਤੇ ਜੇ ਬੰਦੇ ਜਾਣਗੇ ਤਾਂ ਉੱਥੇ ਵੀ ਜਾ ਸਕਦੇ ਆ ਸਾਡੀ ਔਰ ਰਹੀ ਗੱਲ ਬਾਹਰਲੇ ਮੁਲਕਾਂ ਦੀ ਮੈਂ ਇੱਕ ਬੇਨਤੀ ਕਰਦੇ ਹਾਂ ਕੋਈ ਮੁਲਕ ਨਹੀਂ ਹੈ ਜਿੱਥੇ ਸਾਡਾ ਯੂਨਿਟ ਨਹੀਂ ਹੈ ਇੱਕ ਦੂਜੀ ਮੈਂ ਬੇਨਤੀ ਕਰਦਿਆਂ ਜਿਹੜਾ ਮਾਲੀ ਸਾਹਿਬ ਨੂੰ ਸਾਡੀ ਪਾਰਟੀ ਦਾ ਬਹੁਤ ਜ਼ਿਆਦਾ ਫਿਕਰ ਹੈ ਮੈਂ ਇੱਕ ਬੇਨਤੀ ਦੁਹਰਾ ਦਿਆਂ ਅੱਜ ਵੋਟ ਜਿਹੜੀ ਹੈ ਹੁਣੇ ਪੈ ਕੇ ਹਟੀਆਂ ਲੋਕ ਸਭਾ ਦੀਆਂ ਚਲੋ ਖੈਰ ਸੀਟਾਂ ਵੱਧ ਘੱਟ ਰਹਿ ਗਈਆਂ ਉਹਦੇ 'ਚ ਕੋਈ ਦੋ ਰਾਏ ਨਹੀਂ ਪਰ 37% ਤੋਂ ਉੱਪਰ ਵੋਟ ਅਸੀਂ ਲਈ ਹੈ ਅਤੇ ਕਾਂਗਰਸ ਦੀ 40% 3% ਤੋਂ ਘੱਟ ਵੋਟ ਦਾ ਸਾਡਾ ਜਿਹੜਾ ਹੈਗਾ ਉਹ ਫਰਕ ਰਿਹਾ ਜਿਹੜੀ ਟੌਪ ਅਤੇ ਸੈਕਿੰਡ ਦੀ ਗੱਲ ਕਰ ਲਈਏ ਇਸ ਕਰਕੇ ਜਿੰਨਾ ਸ਼੍ਰੋਮਣੀ ਅਕਾਲੀ ਦਲ ਨੂੰ ਛੋਟਾ ਕਰਕੇ ਆਂਕ ਰਹੇ ਆ ਚਲੋ ਖੈਰ ਇਹਨਾਂ ਦੀ ਸੋਚ ਆਪਣੀ ਹੋ ਸਕਦੀ ਹੈ ਪਰ ਮੈਂ ਦਾਅਵੇ ਨਾਲ ਕਹਿ ਸਕਦਾ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਭਾਵੇਂ ਸਿੱਖਾਂ ਦੀ ਕੋਈ ਗੱਲ ਹੈ ਉਹ ਵੀ ਹਮੇਸ਼ਾ ਲੀਡ ਕੀਤੀ ਹੈ ਔਰ ਭਾਵੇਂ ਪੋਲੀਟਿਕਸ ਦੇ ਵਿੱਚ ਜੇ ਅੱਜ ਕਹਿ ਲਈਏ ਵੀ ਇਹ ਜੇ ਕਹਿੰਦੇ ਆ ਵੀ ਰਲ ਕੇ ਕਿਉਂ ਨਹੀਂ ਲੜੀਆਂ ਪਿਛਲੇ ਵਾਰੀ ਮੈਂ ਪਹਿਲਾਂ ਇਹ ਗੱਲ ਆਪ ਕਹਿ ਚੱਲਿਆ ਵੀ ਪਿਛਲੇ ਵਾਰੀ ਅਸੀਂ ਲੋਕ ਦਲ ਨਾਲ ਪਹਿਲਾਂ ਤੋਂ ਲੜਦੇ ਆਉਂਦੇ ਸੀ ਅਤੇ ਬੀਜੇਪੀ ਨੇ ਪਹਿਲੀ ਵਾਰੀ ਇਕੱਲਿਆਂ ਨੇ ਲੜਨ ਦਾ ਫੈਸਲਾ ਕੀਤਾ ਸੀ ਪਹਿਲਾਂ ਲੋਕ ਦਲ ਅਤੇ ਬੀਜੇਪੀ ਵੀ ਜਿਹੜੀ ਹੈਗੀ ਹੈ ਜਿਹੜੀ ਇਕੱਠੀ ਲੜਦੀ ਹੈ ਤਾਂ ਉਦੋਂ ਵੀ ਕਿਤੇ ਸੀਟ ਸ਼ੇਅਰਿੰਗ ਦੇ ਵਿੱਚ ਇਹੀ ਸੀਗਾ ਤਾਂ ਜਦੋਂ ਲੋਕ ਦਲ ਨਾਲੋਂ ਸਾਡਾ ਟੁੱਟ ਗਿਆ ਤਾਂ ਸਾਡੀ ਪ੍ਰੈਫਰੈਂਸ ਬੀਜੇਪੀ ਹੈਗੀ ਹੈ ਜੇ ਬੀਜੇਪੀ ਸੀਟਾਂ ਵੰਡ ਕੇ ਦੇਊਗੀ ਠੀਕ ਹੈ ਨਹੀਂ ਸਾਡੀ ਕੋਰ ਕਮੇਟੀ ਨੇ ਕੱਲ੍ਹ ਫੈਸਲਾ ਤਾਂ ਕਲੀਅਰ ਕਰ ਹੀ ਦਿੱਤਾ ਇਹਦੇ 'ਚ ਕੀ ਇਹ ਫੈਸਲਾ ਤੁਹਾਡਾ ਅਟਲ ਹੈ ਹੁਣ ਕਿ ਜੇ ਬੀਜੇਪੀ ਨਾਲ ਸਮਝੌਤਾ ਨਹੀਂ ਹੁੰਦਾ ਅਕਾਲੀ ਦਲ ਉੱਥੇ ਇਕੱਲਾ ਚੋਣ ਲੜੂਗਾ ਦੇਖੋ ਕੱਲ੍ਹ ਦੀ ਜਿਹੜੀ ਕੋਰ ਕਮੇਟੀ ਦਾ ਫੈਸਲਾ ਇਹੀ ਹੋਇਆ ਕਿ ਹਰਿਆਣੇ ਦਾ ਇਲੈਕਸ਼ਨ ਲੜਨਾ ਹੈ ਬਿਸ਼ਰਤੇ ਕਿ ਪਹਿਲੀ ਗੱਲ ਕਿ ਭਾਰਤੀ ਜਨਤਾ ਪਾਰਟੀ ਨਾਲ ਬੈਠ ਕੇ ਸੀਟਾਂ ਦੀ ਜਿਹੜੀ ਹੈਗੀ ਹੈ ਉਹ ਮੰਗ ਕੀਤੀ ਜਾਊਗੀ ਕਿੰਨੀਆਂ ਮਿਲਦੀਆਂ ਉਹਦੇ 'ਤੇ ਸਹਿਮਤੀ ਹੈਗੀ ਆ ਨਹੀਂ ਹੈਗੀ ਆ ਨਹੀਂ ਤਾਂ ਫਿਰ ਚਲੋ ਜੋ ਹੈਗਾ ਫਿਰ ਦੇਖਿਆ ਹੀ ਜਾਏਗਾ ਮਾਨ ਸਾਹਿਬ ਕਿ ਭਾਈ ਜੀ ਦੋ ਪਹਿਲਾਂ ਫੈਕਟ ਸਟੇਟ ਕਰਨ ਆਪਣੇ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਨਹੀਂ ਤਿੰਨ ਵਾਰੀ ਲੜ ਚੁੱਕੀ ਆਪਦੇ ਦਮ 'ਤੇ 2005 ਦੀਆਂ ਚੋਣਾਂ ਹਰਿਆਣੇ ਦੀਆਂ ਅਕਾਲੀ ਦਲ 90 ਭਾਰਤੀ ਜਨਤਾ ਪਾਰਟੀ 90 ਦੀ 90 ਸੀਟਾਂ 'ਤੇ ਲੜੀ 2009 'ਚ ਭਾਰਤੀ ਜਨਤਾ ਪਾਰਟੀ 90 ਦੀ 90 ਸੀਟਾਂ ਲੜੀ ਅਤੇ 2014 'ਚ ਤਾਂ ਸਾਨੂੰ ਪਤਾ ਹੀ ਹੈ 90 ਦੀ 90 ਸੀਟਾਂ ਅਸੀਂ ਲੜੇ ਸੀਗੇ ਪਰ ਇਹਨਾਂ ਨੂੰ ਇਹ ਵੀ ਪੁੱਛ ਲਓ ਕਿ ਵੀ ਇਹਨਾਂ ਨੇ ਲੋਕ ਦਲ ਨਾਲ ਜਦੋਂ ਭਾਈਵਾਲ 'ਚ ਹਰਿਆਣੇ 'ਚ ਲੜੇ ਤਾਂ ਕਿੰਨੀਆਂ ਸੀਟਾਂ ਲੜੇ ਆ ਅਤੇ ਉਹਨਾਂ ਤੋਂ ਕਿੰਨੀਆਂ ਸੀਟਾਂ ਦੀ ਮੰਗ ਕੀਤੀ ਹੈ ਜਿਹੜੇ ਇੱਕ ਲੋਕ ਦਲ ਦਾ ਪਰਿਵਾਰ ਬਸ ਇਹ ਆਪ ਹੀ ਦੱਸ ਰਹੇ ਸੋ ਮੈਂ ਇਹ ਸਮਝਦਾ ਹਾਂ ਕਿ ਕੋਈ ਵੀ ਪ੍ਰਪੋਜ਼ਲ ਜਦ ਤੱਕ ਉਹ ਚਾਹੇ ਇਹ ਕਹਿੰਦੇ ਕਿ ਜੀ ਸਾਡੀ ਉੱਪਰਲੇ ਲੈਵਲ 'ਤੇ ਗੱਲ ਹੁੰਦੀ ਹੈ ਚਲੋ ਮੈਂ ਨੈਸ਼ਨਲ ਪ੍ਰਵਕਤਾ ਨਹੀਂ ਹਾਂ ਪਾਰਟੀ ਦਾ ਹਰਿਆਣੇ ਸਟੇਟ ਦਾ ਹੈਗਾ ਵਾ ਮੈਨੂੰ ਆਪਣੇ ਪ੍ਰਧਾਨ ਤੋਂ ਜਿਹੜੀ ਗੱਲ ਪਤਾ ਲੱਗੀ ਮੈਂ ਤੁਹਾਡੇ ਮੁੱਖ ਰੱਖੀ ਆ ਕੇ ਕਿ ਵੀ ਸਾਡੇ ਕੋਲ ਇਹਨਾਂ ਦੇ ਵੱਲੋਂ ਹੁਣ ਤਾਈਂ ਅੱਜ ਇਸ ਵਕਤ ਤੱਕ ਜਿਹੜਾ ਆਪਣੀ ਰਿਕਾਰਡਿੰਗ ਹੋ ਰਹੀ ਆ ਕੋਈ ਪ੍ਰਪੋਜ਼ਲ ਨਹੀਂ ਹੈ ਸਾਡੇ ਕੋਲ ਇਹਨਾਂ ਦੀ ਕੱਲ੍ਹ ਦੀ ਮੀਟਿੰਗ ਤੋਂ ਬਾਅਦ ਵੀ ਸਾਡੇ ਕੋਲ ਕੋਈ ਪ੍ਰਪੋਜ਼ਲ ਨਹੀਂ ਹੈ ਹਰਿਆਣੇ ਦੇ ਵਿੱਚ ਕਿਹੜੀਆਂ ਸੀਟਾਂ ਅਸੀਂ ਮੰਗਦੇ ਆ ਔਰ ਇਹ ਜਿਹੜੀ ਵਾਰ ਵਾਰ ਗੱਲ ਕਹਿੰਦੇ ਆ ਕਮਿਟਮੈਂਟ ਦੀ ਨਾਲ ਤਾਂ ਇਹ ਲੋਕ ਸਭਾ ਦੀਆਂ ਚੋਣਾਂ ਵੀ ਸਾਡੇ ਨਾਲ ਹੀ ਲੜੇ ਸੀਗੇ ਰਲ ਮਿਲ ਕੇ ਲੜੇ ਸੀਗੇ ਇਹਨਾਂ ਨੇ ਸਾਡਾ ਸਮਰਥਨ ਕੀਤਾ ਸੀ ਬਾਹਰੋਂ ਕੀਤਾ ਸੀਗਾ ਜੋ ਹੁਣ ਵੀ ਬਾਹਰੋਂ ਕਰਨਾ ਚਾਹੁੰਦੇ ਆ ਦੇ ਆਰ ਮੋਸਟ ਵੈਲਕਮ ਪਰ ਇਹਨਾਂ ਦੇ ਵੱਲੋਂ ਪ੍ਰਪੋਜ਼ਲ ਕੋਈ ਨਹੀਂ ਹੈ ਮੈਂ ਦੁਬਾਰਾ ਇਸ ਗੱਲ ਨੂੰ ਰੀਟਰੇਟ ਕਰ ਰਿਹਾ ਉਹਨੂੰ ਤੁਸੀਂ ਮੋਸਟ ਵੈਲਕਮ ਕਹਿੰਦੇ ਜੇ ਬਾਹਰੋਂ ਕਰਨਾ ਚਾਹੁੰਦੇ ਤਾਂ ਕਰੀ ਜਾਣ ਜੀ ਉਹ ਤਾਂ ਪਹਿਲਾਂ ਵੀ ਕੀਤਾ ਹੀ ਨਾ ਕਰੀ ਜਾਣ ਜੀ ਮਤਲਬ ਕਿੰਨਾ ਕੈਜ਼ੂਅਲੀ ਕਰੀ ਜਾਣ ਪਹਿਲਾਂ ਵੀ ਕੀਤਾ ਹੀ ਹੈ ਤੁਸੀਂ ਜੀ ਲੋਕ ਸਭਾ ਦੇ ਕੀਤਾ ਹੀ ਮੈਂ ਗਲਤ ਤਾਂ ਨਹੀਂ ਕਹਿੰਦਾ ਹਰਿਆਣਾ ਦੇ ਵਿੱਚ ਸਾਡੇ ਸਾਹਿਬ ਨੂੰ ਗਲਤ ਨਹੀਂ ਕਹਿਤਾ ਮੈਂ ਕਹਿਣ ਦਾ ਲਹਿਜ਼ਾ ਥੋੜਾ ਜਿਹਾ ਫਰਕ ਹੈ ਮਾਨ ਸਾਹਿਬ ਹਰਿਆਣਾ ਦੇ ਵਿੱਚ ਗੱਠਜੋੜ ਦੀ ਪੋਲਿਟਿਕਸ ਹੈ ਉਹ ਕਿੰਨੀ ਕਾਮਯਾਬ ਰਹਿੰਦੀ ਹੈ ਜਿਸ ਤਰੀਕੇ ਨਾਲ ਹੁਣ ਸਥਿਤੀ ਹੈਗੀ ਹੈ ਮੈਂ ਬੀਜੇਪੀ ਦੀ ਜਿਹੜੀ ਸਟਰੋਂਗ ਪੋਜੀਸ਼ਨ ਹੈ ਮੈਂ ਉਸ ਨੂੰ ਲੈ ਕੇ ਗੱਲ ਕਰਦਾ ਪਿਆ ਹਰਿਆਣੇ ਦੀ ਜੇ ਆਪਾਂ ਪੋਲੀਟਿਕਸ ਦੀ ਗੱਲ ਕਰੀਏ ਬੀਜੇਪੀ ਅਤੇ ਅਕਾਲੀਆਂ ਦੀ ਪੋਲੀਟਿਕਸ ਦੇ
सारी इनेलो बीजेपी से लगभग आ गई है, कांग्रेस की भी आ गई, कोई विचार सिद्धांतिक गल है नहीं। जितों तक मुद्दों की गल है, एक पासे चर्चा नहीं, दूजे पासे भारतीय जनता पार्टी ने जिन्हें पिछले लोकसभा विधानसभा के वायदे किए थे वो लगातार सारे सारे खत्म हो गए हैं। जिवें बेरोजगारी की गल सी, सारे या मान दे देंगे या असं रोजगार देंगे। मैं तुम्हें दस्या CMIE के आंकड़े कहते हैं इंडिया नंबर वन टॉप ते है हरियाणा बेरोजगारी, 28% बेरोजगारी है हरियाणा, ज बाकी देश के 8-9% है अलग अलग स्टेट के। यह कोई जवाब मुख्यमंत्री नहीं दे रहे। स्वराज इंडिया ने पिछले 20 दिनों तो लगातार सवाल पूछे, एक बार भी जवाब नहीं। दूजा जी किसानों की गल है, MSP ते फसल नहीं बिक रही, महिलाओं की सुरक्षा की गल सी, रेप की घटनावां पिछले 5 साल से 1.5 गुणा हो गई, अपहरण की डबल हो गई, ये हालत है। शिक्षा के प्राइवेट स्कूलिंग बढ़ रही है, सरकारी स्कूल घट रहे हैं, सरकारी स्कूल बंद किए जा रहे हैं, साइंस फैकल्टी बंद की जा रही है स्कूलों में, बड़े हालत बड़े है। मैं एक और गल कर देना चाहना कि जो ये सारी गल हो रही है उदो अकाली दल से भारतीय जनता पार्टी का, भारतीय जनता पार्टी कह रही है साढ़े नाल कोई प्रपोजल है नहीं, तो जो बाहरों समर्थन देंगे तो अभी लड़ लेंगे। ये जी भारतीय जनता पार्टी की पॉलिटिक्स है, अकालियों को यह जवाब देना पड़ेगा। जो अमित शाह ने कहा देश के इको भाषा होनी चाहिए है, एक भाषा होंगी है तो देश कट्ठा रहा है, देश अगे बढ़ता है। अकालियों को बारे स्पष्ट करना पड़ेगा, वो हरियाणा की चोण लड़न या ना लड़न। सवाल होने अकाली जिहड़े ने पंजाब दे विच, पंजाब दे विच भी गल कर रहा मैं, उहदा भारतीय जनता पार्टी नाल रिलेशन कि सत्ता दी लालच है या कोई सिद्धांत मुद्दे भी नहीं, दैट इज द बेसिक क्वेश्चन। ठीक ठीक है बैंस साहब, मैं आ रहा सिद्धांत के मुद्दे आउट हो रहे हैं बैंस साहब, मैं कला हरियाणा पास रख के गल करता है, मैं पूरे मुल्क की पॉलिटिक्स की गल करता हाँ, सिद्धांत के मुद्दे आउट है, तो सिर्फ आह गढ़चोड़ आया राम गया राम इनकी गलबात हो रही है, जोड़े लोगों के रियल इशूस है उन्होंने चर्चा नहीं हो रही। देखो पहली गल तो यह है कि जिस तरह इन्होंने भी हम जिक्र किया कि वन लैंग्वेज वन नेशन जोड़ा है वो इन्होंने BJP ने और अकाली दल ये चुप है। इस तो पहला कश्मीर के धारा 370 खत्म हुई, अकाली दल वो पार्टी है जी एमरजेंसी भी सब तो बद मूहरे होकर लड़ी है। उस तो बाद इन्होंने आनंदपुर साहब का रेजुलेशन पास किया है, वो जो फैडरलिज्म स्ट्रोंग करने वास्ते स्टेटा वध अधिकार दो सारे उत्ते लड़ते रहे सरकार बनाते रहे हैं। और हुण जदों कश्मीर के 370 खत्म की है, उत्थे ह्यूमन राइट्स की वायोलेशन हो रही है, उत्थे सारे पिछले महीने तो घर बंद किए हुए लोग अकाली दल की जबान से ताला लग्या होया है, और अकाली दल ने तो सपोर्ट की है रैदर BJP की कि जो भी किया उन्होंने ठीक किया। मैं ये नहीं कहता, देखो वो की है जी लीडरशिप की सोच है और जोड़ा केडर है वो सोच में जो बखरेवा है वो एक अकाली दल में लै डुबूगा। पहला पंजाब दे विच भी यही चीज़ा हुई हैं वो जिहड़ियां अपने मुख सिद्धांतों जिवें माली जी ने भी कहा है कि जिहड़ी सिखां दी इक नुमाइंदा पार्टी सीगी उत्थों इह थिड़ के पहला पंजाबी पार्टी बनी, लाल सिर्फ सीगा सत्ता दा क्योंकि BJP नूं नाल आना सीगा और BJP दे नाल जिहड़े एक जिहड़ा हैगा एक इन्हां दा अलायंस हैगा वो ओपरचुनिस्ट हैगा, वो कोई सिद्धांतक नहीं हैगा, दोहां पार्टियां दा सिद्धांत अलग अलग ने, दोहां पार्टियां सोच अलग अलग है। इस करके अकाली दल जिहड़ा आ वो अपने अकाली दल सूट नहीं करता क्योंकि सिखां दी वोट नहीं पैणी जे अलायंस हो गया, इस करके वो बिल्कुल नाल लैके चलण नूं तैयार नहीं है। ये ठीक है कि कह रहे हैं अकाली दल दा दावा करदा डब वाली कालां वाली राणियां रतिया टोहाना गोला सिख वोट बैंक BJP जिहड़ी है, देखो BJP ने हुण जिहड़ा पता खेलिया कि 123 जिहड़े सिख सीगे ब्लैक लिस्ट से वो बाहर किए सिखा के नेड़े आने की कोशिश सी हरियाणा होर भी क्योंकि उसे जोड़ा इदा का माहौल सिरजा जा रहा है कि जी सिख वोट है उन्होंने नाल लैके चलीए और उन्होंने डर है कि जो अकाली दल के नाल अलायंस किया साड़ी सिख वोट टुटना जाए। ठीक है होर छोटा ब्रेक लूँगा, ब्रेक तो वापस आवेंगे। प्लानिंग बहुत जबरदस्त होंगी है पोलीटल पार्टीज की, जो प्लानिंग होंगी है तो उस प्लानिंग के विचाले जोड़े थोड़े साढ़े मुद्दे है उन्होंने आउट रखने की कोशिश की जाती है, पर जो मुद्दे आउट होंगे सिद्धांत के विचारधारा से सवाल उठते हैं, जो सिद्धांत के विचारधारा से सवाल उठते हैं फिर सवाल यह भी पूछा जाना लाजमी है कि पार्टियां मौका प्रस्ता नहीं हो गई, विचारधारा तो थिड़कता नहीं गई, यह सवाल पूछने बनते हैं तो भाजपा तो की पालते हैं अकाली। ब्रेक तो वापस आ रहे सवाल एक पूछे हरियाणा श्रोमणी अकाली दल किहड़े मुद्दे पर गठजोड़ का होका दे रहा। मैं एक मिनट ब्राड साहब आ रहा मान साहब मैंने एक सवाल का जवाब दो, तुम वैसे तो बड़ा कैजुअली गल कहती सी जे बाहरों समर्थन देना तो दे लो, ये ऐ लगता कि तुहाडे च होमे आ गया भी हुण असी जो चाहिए वो करिए, कोई आंदा नाल आवे नहीं आंदा नाल ना आवे पासे होके बैठे। देखो जी मैं आ रहे इन्हां दी तुहाडे सवाल नाल जोड़ रहे हैं जी। हाँ जी मान साहब मैं ये कह रहा KP जी कि जिथे तक सवाल है इन्हां दे
ਇੰਟਰਨਲ ਵਰਕਿੰਗ ਦਾ, ਇਹਨਾਂ ਦੀ ਇੰਟਰਨਲ ਵਰਕਿੰਗ ਹਾਲੇ ਕੰਪਲੀਟ ਨਹੀਂ ਹੈ, ਕੋਈ ਪ੍ਰਪੋਜ਼ਲ ਪਾਰਟੀ ਪਲੇਟਫਾਰਮ ਦੇ ਉੱਪਰ ਇਹਨਾਂ ਨੇ ਸਾਡੇ ਨਾਲ ਸ਼ੇਅਰ ਨਹੀਂ ਕੀਤਾ। ਇਹ ਜਿਹੜਾ ਤੁਸੀਂ ਡਿਬੇਟ ਰੱਖਿਆ ਆ ਉਹਦੇ 'ਚ ਮੈਂ ਜਿਹੜੀ ਪਿਛਲੀਆਂ ਚੋਣਾਂ ਹੋਈਆਂ 2019 ਦੇ ਵਿੱਚ ਲੋਕ ਸਭਾ ਦੀਆਂ, ਉਹਦੇ 'ਚ ਜਿਹੜਾ ਪੈਟਰਨ ਸੀਗਾ ਸਪੋਰਟ ਦਾ, ਅਗਰ ਉਹ ਸਪੋਰਟ ਹੈ ਮੈਂ ਕਿਹਾ ਸੀ ਦੇ ਆਰ ਮੋਸਟ ਵੈਲਕਮ। ਮੈਂ ਵਾਈਡ ਰਿਸਪੈਕਟ ਦੇ ਵਿੱਚ ਸਵਾਲ ਤੁਹਾਨੂੰ ਕਰ ਰਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਹੁਣ ਲੱਗਦਾ ਹੈ ਕਿ ਬਾਕੀ ਹੋਰ ਕਿਸੇ ਪਾਰਟੀ ਉਹਨਾਂ ਜ਼ਰੂਰਤ ਨਹੀਂ ਹੈਗੀ, ਨਾ ਸੈਂਟਰ ਦੇ ਵਿੱਚ, ਨਾ ਜਿਹੜਾ ਲੋਕਲ ਲੈਵਲ ਦਾ ਗਰਾਊਂਡ ਹੈਗਾ ਜਿੱਥੇ ਰੀਜਨਲ ਪਾਰਟੀਆਂ ਖੜੀਆਂ ਹੁੰਦੀਆਂ। ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਸਭ ਤੋਂ ਪੁਰਾਣਾ ਅਲਾਈ ਹੈ, ਐਨਡੀਏ ਦੇ ਵਿੱਚ ਸਭ ਤੋਂ ਪੁਰਾਣਾ ਔਰ ਸਭ ਤੋਂ ਟਰੱਸਟਵਰਦੀ ਅਲਾਈ ਹੈ ਜਿੱਥੇ ਤੱਕ ਸੈਂਟਰ ਦਾ ਸਵਾਲ ਹੈ। ਅਸੀਂ ਕਈ ਸਾਲ ਇਕੱਠੇ ਰਹੇ ਹਾਂ ਔਰ ਵੱਡੇ ਬਾਦਲ ਸਾਹਿਬ, ਚਾਹੇ ਉਹ ਵਾਜਪੇਈ ਜੀ ਦਾ ਸਮਾਂ ਹੋਏ ਚਾਹੇ ਹੁਣ ਮੋਦੀ ਜੀ ਦਾ ਸਮਾਂ ਹੋਏ, ਇਕੱਠੇ ਰਹੇ ਆ। ਇੱਕ ਦੂਜਾ ਜਿੱਥੇ ਤੱਕ ਹਰਿਆਣੇ ਦੀ ਗੱਲ ਆ, ਹਰਿਆਣੇ 'ਚ 2005 'ਚ ਅਸੀਂ ਆਪ ਲੜੇ, ਉਦੋਂ ਅਕਾਲੀ ਦਲ ਨੇ ਸਾਡੇ ਤੋਂ ਕੋਈ ਸੀਟਾਂ ਨਹੀਂ ਮੰਗੀਆਂ। ਅਸੀਂ 2009 'ਚ ਆਪਣੇ ਦਮ 'ਚ ਲੜੇ ਉਹ ਦੋਨੋਂ ਇਲੈਕਸ਼ਨਾਂ, ਉਦੋਂ ਤੁਹਾਨੂੰ ਕੁਛ ਮਿਲਿਆ ਨਹੀਂ, ਇਹਨਾਂ ਨੇ ਲੋਕ ਦਲ ਹੁਣ ਮਿਲਿਆ ਤੇ ਹੁਣ ਮੰਗਣ ਦੇ ਨਾ। ਇਸ ਗੱਲ ਦਾ ਜਵਾਬ ਤੁਸੀਂ ਫਿਰ ਲਿਓ, ਜੇ 2 ਮਿੰਟ ਮੈਨੂੰ ਕੰਕਲੂਡ ਕਰ ਦਿਓ। ਆ ਗੁਜ਼ਸ਼ਤਾ ਜਿਹੜੇ 3 ਚੋਣਾਂ ਨਿਕਲੀਆਂ, 5 ਤੋਂ ਲੈ ਕੇ ਅੱਜ ਅਸੀਂ 2019 ਦੀ ਗੱਲ ਕਰ ਰਹੇ ਹਾਂ, ਸੋ ਇਹ ਜਿੰਨਾ ਕੁ ਵਕਫਾ ਨਿਕਲਿਆ, ਇਸ ਵਕਫੇ ਦੇ ਦੌਰਾਨ ਤਾਂ ਕਦੀ ਸੀਟ ਸ਼ੇਅਰਿੰਗ ਦੀ ਅਕਾਲੀ ਦਲ ਨੇ ਸਾਡੇ ਨਾਲ ਗੱਲ ਨਹੀਂ ਕੀਤੀ। ਹੁਣ ਤਾਂ ਹੀ ਤੁਹਾਨੂੰ ਲੱਗਦਾ ਮਾਨ ਸਾਹਿਬ ਕਿ ਅਕਾਲੀ ਦਲ ਦੀ ਤੁਹਾਨੂੰ ਹਰਿਆਣੇ 'ਚ ਲੋੜ ਨਹੀਂ ਹੈ? ਮੈਂ ਰਿਪੀਟ ਕਰ ਰਿਹਾ ਜੀ, ਆ ਅਸੀਂ ਪਹਿਲਾਂ ਵੀ 3 ਚੋਣਾਂ ਜਿਹੜੀਆਂ ਨੇ ਇਹਨਾਂ ਤੋਂ ਬਗੈਰ ਲੜੇ ਆ, ਔਰ ਅਸੀਂ ਹੁਣ ਵੀ 90 ਦੀ 90 ਸੀਟਾਂ ਲੜਨ ਲਈ ਆਪਣੇ ਦਮ ਤੇ, ਸਾਡਾ ਕਾਡਰ ਤਿਆਰ ਆ, ਸਾਡੇ ਕਾਰਜਕਰਤਾ ਤਿਆਰ ਆ, ਸਾਡਾ ਸੰਗਠਨ ਤਿਆਰ ਆ। ਠੀਕ ਹੈ ਬ੍ਰਾਟ ਸਾਹਿਬ, ਜੇ ਇਹਨਾਂ ਦੇ ਵੱਲੋਂ ਕੋਈ ਪ੍ਰਪੋਜ਼ਲ, ਜਿਵੇਂ ਬਾਰ ਬਾਰ ਇਸ ਗੱਲ ਨੂੰ ਸਟ੍ਰੈਸ ਦਿੰਦੇ ਆ ਕਿ ਉੱਪਰਲੇ ਪੱਧਰ ਤੋਂ ਤੁਹਾਡੇ ਉੱਪਰ ਕੋਈ ਸਵਾਲ ਆਊਗਾ, ਜੇ ਆਊਗਾ ਉਹਦੇ ਉੱਪਰ ਜਿਹੜਾ ਵਿਚਾਰ ਆ ਸਾਡੇ ਸ਼ੇਡਿਊਲ ਕਰਕੇ ਉਹ ਥੋੜੇ ਸਾਰੇ ਬ੍ਰਾਟ। ਚੰਗੇ ਬ੍ਰਾਟ, ਇਸ ਡਿਬੇਟ ਵਿੱਚ ਜੀ ਤਕਰੀਬਨ ਹਰਿਆਣਾ ਦੀ ਪੋਲਿਟਿਕਸ ਤਾਂ ਇਹ ਕਲੀਅਰ ਕਰ ਰਹੀ ਹੈ ਕਿ ਅਸੀਂ ਆਪਦੇ ਦਮ ਤੇ ਹੀ ਚੋਣਾਂ ਲੜਾਂਗੇ, ਤੁਸੀਂ ਲੜਨੀਆਂ ਤਾਂ ਲੜ ਲਓ। ਚਲੋ ਖੈਰ, ਮੈਂ ਇੱਕ ਬੇਨਤੀ ਕਰਾਂ ਕਿ ਸਾਡੀ ਲੜਾਈ ਦਾ ਹਿੱਸਾ ਨਹੀਂ, ਨਾ ਮਾਨ ਸਾਹਿਬ ਨੇ ਡਿਸੀਜਨ ਲੈਣਾ, ਨਾ ਮੈਂ ਲੈਣਾ। ਅਮਿਤ ਸ਼ਾਹ ਜੀ ਨੇ ਜਿਹੜੀ ਗੱਲ ਕੀਤੀ ਹੈ, ਜੇ ਉਹ ਪਗਾਉਣਗੇ ਤਾਂ ਠੀਕ ਹੈ, ਨਹੀਂ ਸਾਡੀ ਪਾਰਟੀ ਨੇ ਜੋ ਡਿਸੀਜਨ ਲਿਆ ਉਹ 4 ਦਿਨਾਂ ਨੂੰ ਜਾਂ 15 ਦਿਨਾਂ ਨੂੰ ਸਾਹਮਣੇ ਆ। ਨਹੀਂ ਫਿਰ ਅਕਾਲੀ ਦਲ ਦਾ ਡਿਸੀਜਨ ਉਸ ਤੋਂ ਬਾਅਦ ਹਰਿਆਣਾ ਪੋਲਿਟਿਕਸ ਨਾਲ, ਸਵਾਲ ਤਾਂ ਸੁਣ ਲਓ, ਬ੍ਰਾਟ ਦਾ ਸਵਾਲ ਸੁਣ ਲਓ, ਮੈਂ ਤੁਹਾਨੂੰ ਜਵਾਬ ਹੀ ਦੇ ਦਿੰਦਾ, ਤੁਸੀਂ ਪੁੱਛਣਾ ਕੀ ਚਾਹੁੰਦੇ, ਮੈਂ ਜਵਾਬ ਦੇ ਦਿੰਦਾ। ਸਾਡੀ ਪਾਰਟੀ ਨੇ ਫੈਸਲਾ ਕੀਤਾ ਜੇ ਮੰਨ ਲਓ ਸਾਨੂੰ ਸੀਟਾਂ ਸ਼ੇਅਰਿੰਗ ਨਹੀਂ ਮਿਲਦੀ ਤੇ ਪਾਰਟੀ ਇਲੈਕਸ਼ਨ ਲੜੇਗੀ। ਇੱਕ ਮੈਂ ਤੁਹਾਨੂੰ ਸਪਸ਼ਟ ਸ਼ਬਦਾਂ 'ਚ ਦੱਸਦੇ ਹਾਂ, ਇੱਕ ਦੂਜੀ ਮੈਂ ਬੇਨਤੀ ਕਰਦਿਆਂ, 2-3 ਚੀਜ਼ਾਂ ਦਾ ਜਿਵੇਂ ਗੁੰਦਾਰਾ ਸਾਹਿਬ ਨੇ ਇੱਕ ਖਦਸ਼ਾ ਉਠਾਇਆ, ਸਾਡੀ ਕੱਲ੍ਹ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ, ਭਾਸ਼ਾ ਦੇ ਮੁੱਦੇ 'ਤੇ ਉਹ 'ਚ ਬਕਾਇਦਗੀ ਨਾਲ ਮਤਾ ਪਾਸ ਹੋਇਆ, ਪਰ ਹਰਿਆਣਾ ਵਾਲੀ ਖਬਰ ਉੱਤੇ ਚੱਕੀ ਗਈ, ਉਹ ਭਾਸ਼ਾ ਵਾਲੀ ਗੱਲ ਥੱਲੇ ਦੱਬੀ ਗਈ, ਉਹ ਦੁਬਾਰੇ ਸਾਹਮਣੇ ਆ ਜੂਗੀ। ਭਾਸ਼ਾ ਦੇ ਮੁੱਦੇ 'ਤੇ ਕਿਸੇ ਵੀ ਕੀਮਤ 'ਤੇ, ਭਾਵੇਂ ਅਸੀਂ ਭਾਈਵਾਲ ਹੈਗੇ ਅਤੇ ਭਾਈਵਾਲ ਰਹੀਏ ਜਾਂ ਨਾ ਰਹੀਏ, ਸਾਡਾ ਜਿਹੜਾ ਭਾਸ਼ਾ, ਜਿਹੜੀ ਮਾਤ ਭਾਸ਼ਾ, ਇਹਨੂੰ ਅਸੀਂ ਕਦੇ ਠੇਸ ਨਹੀਂ ਪਹੁੰਚਣ ਦੇਵਾਂਗੇ। ਇੱਕ ਗੱਲ ਸਾਡੀ ਅਮਿਤ ਸ਼ਾਹ ਹੋਰਾਂ ਨੇ ਕਿਹਾ, ਮੈਂ ਕਿਹਾ ਜੀ ਉਹਨਾਂ ਨੇ ਕਿਸ ਵਿਰੋਧ ਕਰਦੇ ਤੁਸੀਂ, ਉਹਨਾਂ ਨੇ ਕਿਸ ਸੰਦਰਭ 'ਚ ਕਿਹਾ, ਕਿਉਂ ਕਿਹਾ, ਇਹ ਉਹਦਾ ਜਵਾਬ ਉਹ ਦੇ ਸਕਦੇ ਆ, ਪਰ ਪੰਜਾਬੀ ਭਾਸ਼ਾ ਦੇ ਮੁੱਦੇ 'ਤੇ ਸਾਡਾ ਕਿਸੇ ਨਾਲ ਕੋਈ ਇਸ ਗੱਲ 'ਤੇ ਸਮਝੌਤਾ ਨਹੀਂ। ਅਤੇ ਇੱਕ ਗੱਲ ਮੈਂ ਕਹਾਂ ਕਿ ਇਹਦੇ 'ਤੇ ਨਾ ਅਸੀਂ ਸਮਝੌਤਾ ਕਰੀਏ। ਇੱਕ ਦੂਜੀ ਮੈਂ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਕਹਿੰਦੇ ਨਾ ਸਿਧਾਂਤਕ ਗੱਠਜੋੜ ਨਹੀਂ, ਜਦੋਂ ਬੀਜੇਪੀ ਕੋਲ ਸਿਰਫ 2 ਸੀਟਾਂ ਸੀ, ਅਸੀਂ ਉਦੋਂ ਦੇ ਨਾਲ ਤੁਰੇ ਹੋਏ ਹਾਂ, 2 ਸੀਟਾਂ ਵੇਲੇ ਦੇ ਨਾਲ ਤੁਰੇ ਹਾਂ, ਭਾਵੇਂ 13 ਦਿਨਾਂ ਦੀ ਸਰਕਾਰ ਬਣੀ, ਇਹਨਾਂ ਦੀ ਕਿਸੇ ਨੇ ਬਾਹ ਨਹੀਂ ਫੜੀ, ਅਸੀਂ ਉਸ ਵੇਲੇ ਵੀ ਫੜ ਕੇ ਰੱਖੀ, 13 ਮਹੀਨਿਆਂ ਦੀ ਬਣੀ, ਮੈਂ ਵੀ ਕਹੀ ਹੈ, ਇੱਕ ਮਿੰਟ, ਉਦੋਂ ਵੀ ਫੜ ਕੇ ਰੱਖੀ। ਔਰ ਦੂਜੀ ਗੱਲ ਜਿਹੜੀ ਸਿਧਾਂਤਿਕ ਦੀ ਗੱਲ ਕਰਦੇ, ਮੈਂ ਇਹ ਸਿਧਾਂਤਿਕ ਦਾ ਪਾਠ ਅਕਾਲੀ ਦਲ ਨੂੰ ਪੜਾਉਣ ਤੋਂ ਪਹਿਲਾਂ ਇੱਕ ਗੱਲ ਸੋਚ ਲੈਣ, 62 ਸਾਲਾਂ ਬਾਅਦ ਰਾਜ ਸੱਤਾ ਦੇ ਨੇੜੇ ਤੇੜੇ ਸ਼੍ਰੋਮਣੀ ਅਕਾਲੀ ਦਲ ਪਹੁੰਚਿਆ ਸੀਗਾ। ਇਹ ਕੋਈ ਆਇਆ ਨਹੀਂ ਵੀ ਇਕੱਲੇ ਰਾਜ ਸੱਤਾ ਦੀ ਭੁੱਖ ਨਾਲ ਹੀ ਗਾਂਹ ਪਛਾਣ ਤੁਰਨ ਵਾਲੇ ਬੰਦੇ ਹੈਗੇ ਆ, ਅਸੀਂ ਸਿਧਾਂਤਾਂ ਤੇ ਲੜਾਂਗੇ, ਸਿਧਾਂਤਾਂ ਦੀ ਹਰ ਗੱਲ ਤੇ ਕੰਮ ਪਹਿਰਾ ਦੇਵਾਂਗੇ, ਕਿਸੇ ਗੱਲੋਂ ਅਸੀਂ ਆਪਦੇ ਸਿਧਾਂਤਾਂ ਤੋਂ ਪਿੱਛੇ ਨਹੀਂ ਹਟਾਂਗੇ। ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿਆਂ, ਇੱਕ ਮੈਂ ਫਿਰ ਸਪਸ਼ਟ ਸ਼ਬਦਾਂ 'ਚ ਕਹਿਣਾ ਕਿ ਅਮਿਤ ਸ਼ਾਹ ਜੀ ਨੇ ਵਰਡ ਦਿੱਤੇ ਹੋਏ ਸੀ ਕਿ ਆਪਾਂ ਵਿਧਾਨ ਸਭਾ ਦੇ ਵਿੱਚ ਸੀਟ ਸ਼ੇਅਰਿੰਗ ਦੇ ਵਿੱਚ ਲੜਾਂਗੇ। ਅਗਰ ਉਹ ਵਰਡ 'ਤੇ ਆਪਦੇ 'ਤੇ ਖੜਦੇ ਆ ਤਾਂ ਕਿੰਨੀਆਂ ਸੀਟਾਂ ਮਿਲਦੀਆਂ, ਇਹ ਕੋਈ ਮਾਇਨਾ ਨਹੀਂ ਰੱਖਦੀਆਂ, ਕਿਉਂਕਿ ਦੋਨੋਂ ਲੀਡਰ ਜਦੋਂ ਦੋਨੋਂ ਪਾਰਟੀਆਂ ਦੇ ਬੈਠਦੇ ਆ ਤਾਂ ਉਹਦੇ 'ਚ ਕੋਈ ਵਾਧਾ ਘਾਟਾ ਨਹੀਂ। ਜੇ ਅਮਿਤ ਸ਼ਾਹ ਜੀ ਆਪਦੇ ਵਰਡ 'ਤੇ ਨਹੀਂ ਖੜਦੇ ਤਾਂ ਕੇਂਦਰੀ ਗੱਠਜੋੜ ਵਿੱਚ ਕੋਈ ਫਰਕ ਪਊਗਾ? ਕੇਂਦਰੀ ਗੱਠਜੋੜ ਦਾ ਸਿਰਫ ਹਰਿਆਣੇ 'ਚ ਦੇਖੋ, ਕੇਂਦਰੀ ਗੱਠਜੋੜ ਦਾ ਇਹ ਹੈਗਾ ਕਿ ਇਹਨਾਂ ਨੂੰ ਸਾਡੀ ਸੀਟਾਂ 'ਚ ਤਾਂ ਲੋੜ ਹੈ ਨਹੀਂ ਗੀ। ਜੇ ਮੰਨ ਲਓ ਅਸੀਂ ਤੇ ਪਾਰਟੀ 'ਚ ਫੈਸਲਾ ਕੱਲ੍ਹ ਸਾਡੀ ਨੇ ਕੋਰ ਕਮੇਟੀ ਨੇ ਕਰ ਲਿਆ ਕਿ ਇਲੈਕਸ਼ਨ ਲੜਨਾ, ਉਹ ਤੋਂ ਬਾਅਦ ਤਾਂ ਫਿਰ ਇਹਨਾਂ 'ਤੇ ਆ ਜਾਂ ਰਹਿਣਾ ਜਾਂ ਨਹੀਂ ਰਹਿਣਾ ਤਾਂ ਕੋਰ ਕਮੇਟੀ ਕਰੇਗੀ ਨਾ। ਇਹ ਐਡਾ ਛੋਟਾ ਫੈਸਲਾ ਨਹੀਂ ਕਿ ਮੈਂ ਦੱਸ ਸਕਾਂ ਇਸ ਗੱਲ ਦਾ। ਕੇਂਦਰੀ ਗੱਠਜੋੜ ਤੇ ਹੈ ਕਿ ਕੇਂਦਰੀ ਗੱਠਜੋੜ ਤੇ ਵੀ ਮੰਥਨ ਹੋ ਸਕਦਾ ਫਿਰ ਇਹਦਾ ਮਤਲਬ? ਇਹ ਤਾਂ ਹਾਲਾਤਾਂ ਤੇ ਉਤਪੰਨ ਹੁੰਦਾ ਨਾ ਜੀ। ਪਰ ਮੇਨ ਮੈਂ ਬੇਨਤੀ ਕਰਦੇ ਹਾਂ ਕਿ ਇਲੈਕਸ਼ਨ ਜਿਹੜਾ ਹੈਗਾ ਸਾਨੂੰ ਇਹ ਨੌਬਤ ਆਉਂਦੀ ਨਹੀਂ ਦਿਸਦੀ। ਦੇਖੋ ਮੈਂ 3-4 ਇੱਕ ਇੱਕ ਚਲੋ ਤੁਸੀਂ ਆਪ ਹੀ ਗੱਲ ਕਲੀਅਰ ਕਰਤੀ, ਮੈਨੂੰ ਸਮਝ
ਅੰਤ ਜਿਹੜਾ ਹੈਗਾ ਉਹਦੇ ਤੇ ਧਿਆਨ ਦੇ ਕੇ ਪੂਰਾ ਕਰਦੇ ਆ। ਇਹਦਾ ਮਤਲਬ ਹੁਣ ਇਸ ਗੱਲ ਤੇ ਵੀ ਕਿਉਂ ਆਉਣਗੇ, ਇਹਦਾ ਮਤਲਬ ਹੁਣ ਹੀ ਮੰਨਣਗੇ ਸ਼ਾਹ ਸਾਹਿਬ ਤੁਹਾਡੇ 100% ਮੰਨਣਗੇ ਕਿਉਂ ਬੈਂ ਸਾਹਿਬ ਪਾਣੀਆਂ ਦੇ ਮਤਲਬ ਹਰਿਆਣਾ ਦੇ ਵਿੱਚ ਹਰਿਆਣਾ ਨੂੰ ਕੁਝ ਨਹੀਂ ਮਿਲਣਾ। ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋ ਕੇ ਸੀਟ ਸ਼ੇਅਰਿੰਗ ਹੋ ਸਕਦੀ ਹੈ? ਨਹੀਂ, ਹਰਿਆਣਾ 'ਚ ਤਾਂ ਦੇਖੋ ਗੱਠਜੋੜ ਸੰਭਾਵਨਾ ਨਹੀਂ ਹੈਗੀ ਉਹਦਾ। ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਹੜਾ ਬੀਜੇਪੀ ਨੂੰ ਜਿਹੜਾ ਡਰ ਹੈ ਕਿ ਕਿਉਂਕਿ ਬੀਜੇਪੀ ਨੇ ਕਮਿਊਨਲ ਡਿਵਾਈਡ ਇੰਨਾ ਕਰਤਾ ਹੈ, ਉਹਦੇ ਵਿੱਚ ਨੁਕਸਾਨ ਇਹ ਹੋ ਸਕਦਾ ਸਿੱਖਾਂ ਅਕਾਲੀ ਦਲ ਦੇ ਨਾਲ ਜੋ ਕਰਦੇ ਇਹਦਾ ਮਤਲਬ ਸਿੱਖਾਂ ਨਾਲ ਨਾਲ ਲੈ ਕੇ ਚੱਲੇ ਤਾਂ ਹਿੰਦੂ ਵੋਟ ਵੀ ਜਿਹੜੀ ਉਹ ਘੱਟ ਸਕਦੀ ਹੈ। ਇਸ ਕਰਕੇ ਬੀਜੇਪੀ ਜਿਹੜੀ ਹੈ ਕਦੇ ਵੀ ਇਹਨੂੰ ਨਾਲ ਲੈ ਕੇ ਨਹੀਂ ਚੱਲੂਗੀ ਹਰਿਆਣੇ 'ਚ ਮੇਰੀ। ਬੈਂਸ ਸਾਹਿਬ ਨਹੀਂ, ਬੈਂਸ ਸਾਹਿਬ ਇਹ ਪਲੀਜ਼ ਟੇਕ ਯੋਰ ਵਰਡਸ ਬੈਕ। ਆਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਵੀ ਭਾਰਤੀ ਜਨਤਾ ਪਾਰਟੀ ਜੇ ਸਿੱਖਾਂ ਨੂੰ ਨਾਲ ਲੈ ਕੇ ਚੱਲੇਗੀ ਤਾਂ ਹਿੰਦੂਆਂ ਦਾ ਵੋਟ ਗਵਾ ਦੇਗੀ, ਤੁਸੀਂ ਗੱਲ ਕੀ ਕਰਨਾ ਚਾਹੁੰਦੇ ਹੋ? ਮੈਂ ਦੱਸਾਂ ਕਮਿਊਨਲ ਡਿਵਾਈਡ ਤੁਸੀਂ ਅੱਡ ਪਾਰਟੀ ਨੇ ਇੰਨਾ ਜ਼ਿਆਦਾ ਵੈਚ ਕ੍ਰੀਏਟ ਕਰਤਾ ਹੋਇਆ ਹੈ ਜੀ। ਨਹੀਂ, ਤੁਸੀਂ ਗੱਲ ਕਿਹੜੀ ਕਰ ਰਹੇ ਹੋ? ਤੁਸੀਂ ਪੋਲਿਟਿਕਸ ਹੀ ਕਮਿਊਨਲ ਕਰਦੇ ਹੋ। ਨਹੀਂ ਬੈਂਸ ਸਾਹਿਬ, ਤੁਸੀਂ ਗਲਤ ਕਹਿ ਰਹੇ ਹੋ। ਤੁਸੀਂ ਨੇਸ਼ਨ ਨੂੰ, ਤੁਸੀਂ ਮੈਂ ਸਵਾਲ ਕਰ ਲਾਂ ਮਾਨ ਸਾਹਿਬ, ਮੈਂ ਸਵਾਲ ਕਰ ਲਾਂ। ਇੱਕ ਮਿੰਟ ਬੈਂਸ ਸਾਹਿਬ, ਜਿਹੜਾ ਤੁਸੀਂ ਆ ਕਮੈਂਟ ਕੀਤਾ ਆ, ਮੈਂ ਕਹਿੰਦਾ ਕਿ ਤੁਸੀਂ ਜਰਨਲਿਜ਼ਮ ਦੇ ਪਰਸਪੈਕਟਿਵ ਨਾਲ ਪਤਾ ਨਹੀਂ ਕੀ ਸੋਚ ਕੇ ਗੱਲ ਕਹੀ। ਚਲੋ ਮਾਨ ਸਾਹਿਬ, ਮੈਂ ਤੁਹਾਨੂੰ ਸਵਾਲ ਕਰ ਲਾਂ, ਮੈਂ ਤੁਹਾਨੂੰ ਸਵਾਲ ਕਰ ਲਾਂ। ਡੇਰੇ ਦੀ ਵੋਟ ਦੇ ਨਾਲ ਚੱਲੋਗੇ ਤੁਸੀਂ? ਨਹੀਂ, ਕੋਈ ਲੋੜ ਨਹੀਂ ਹੈ ਜੀ। ਦੇਖੋ ਗੱਲ ਨਹੀਂ, ਡੇਰੇ ਦੀ ਵੋਟ ਦੇ ਨਾਲ ਚੱਲੋਗੇ? ਹਰਿਆਣਾ ਦੀ 2.5 ਕਰੋੜ ਜਨਤਾ ਦੇ ਵੋਟ ਦੀ ਗੱਲ ਕਰਦੀ ਆ ਜੀ ਅਸੀਂ। ਤੁਸੀਂ ਫਿਰ ਉਹ ਸੈਕਸ਼ਨ, ਤੁਸੀਂ ਸੈਕਟਰੀ ਦੀ ਗੱਲ ਕਰਨ ਲੱਗ ਗਏ, ਕਮਿਊਨਿਟੀ ਦੀ ਗੱਲ ਕਰਨ ਲੱਗ ਗਏ, ਰਿਲੀਜਨ ਦੀ ਗੱਲ ਕਰਨ ਲੱਗ ਗਏ, ਇਹਨਾਂ ਗੱਲਾਂ ਨੂੰ ਛੱਡ ਦਿਓ ਤੁਸੀਂ। ਹਰਿਆਣਾ ਦੀ 2.5 ਕਰੋੜ ਜਨਤਾ ਦੀ ਗੱਲ ਕਰ ਰਹੇ ਹਾਂ ਅਸੀਂ। ਗੁਜ਼ਾਰਾ ਸਰ, ਸਰ ਦੋ ਤਿੰਨ ਗੱਲਾਂ ਮੈਂ ਕਰਨਾ ਚਾਹੁੰਦਾ। ਇੱਕ ਤਾਂ ਟਾਈਮ ਘੱਟ ਆ, ਬਿਲਕੁਲ ਸੰਖੇਪ 'ਚ। ਇੱਕ ਤਾਂ ਜਿਵੇਂ ਵਿਰਾਟ ਸਾਹਿਬ ਨੇ ਕਿਹਾ ਵੀ ਸਾਡੇ ਨਾਲ ਜਿਹੜਾ ਵਾਅਦਾ ਕੀਤਾ ਸੀ ਉਹ ਨਹੀਂ ਨਿਭਾਇਆ ਤਾਂ ਅਸੀਂ ਤੋੜ ਦਿਆਂਗੇ। ਮੈਂ ਕਹਿਣਾ ਚਾਹੁੰਦਾ ਵਿਰਾਟ ਸਾਹਿਬ, ਹਰਿਆਣਾ ਦੀ ਚੋਣ ਦੀ ਗੱਲ ਕਰਦੇ ਹੋ, ਹਰਿਆਣਾ ਦੀ ਜਨਤਾ ਨਾਲ ਕੀਤਾ ਵਾਅਦਾ ਇਹਨਾਂ ਨਹੀਂ ਨਿਭਾਇਆ, ਉਹਦੀ ਚਿੰਤਾ ਵੀ ਕਰੋ। ਵਾਅਦਾ ਕੀ ਕੀਤਾ ਸੀ ਕਿ ਹਾਲਤ ਕੀ ਕੀਤੇ? ਕਰਜ਼ਾ ਜਿਹੜਾ ਸੀ 21,000 ਕਰੋੜ ਰੁਪਏ ਹਰਿਆਣਾ 'ਚ ਸੀਗਾ, ਹੁਣ 63,000 ਕਰੋੜ ਰੁਪਏ ਹੀ ਹੈਗਾ। ਸ਼ਰਾਬ ਕਈ ਡੇਢ ਗੁਣਾ ਜ਼ਿਆਦਾ ਵਿਕਣ ਲੱਗ ਪਈ ਹਰਿਆਣਾ ਦੀ, ਜਿੱਥੇ ਕਿਹਾ ਸੀ ਖਤਮ ਕਰਾਂਗੇ ਅਸੀਂ, ਘੱਟ ਕਰਾਂਗੇ। ਦੂਜੇ ਪਾਸੇ ਤੁਸੀਂ ਗੱਲ ਕੀਤੀ ਸੀ ਐਰੋਗੈਂਸ ਦੀ, ਕਿਹੜੇ ਪੁਆਇੰਟ ਦੱਸਣੇ? ਸਰ ਮੈਂ ਦੱਸ ਰਿਹਾ, ਐਰੋਗੈਂਸ ਦੀ ਤੁਸੀਂ ਗੱਲ ਕੀਤੀ। ਐਰੋਗੈਂਸ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਵਿੱਚ ਇੰਨੀ ਹੈ ਕਿ ਇੱਕ ਸਮਾਰੋਹ ਦੇ ਵਿੱਚ ਇੱਕ ਆਪਦੇ ਵਰਕਰ ਨੂੰ ਉਹਨਾਂ ਨੇ ਹੱਥ 'ਚ ਫਰਸਾ ਫੜਿਆ ਸੀ ਅਤੇ ਕਿਹਾ ਵੀ ਕੁਛ ਕਰਨ ਲੱਗਿਆ ਉਹ, ਅਤੇ ਉਹਨੂੰ ਕਿਹਾ ਮੈਂ ਤੇਰਾ ਗਰਦਨ ਕੱਟ ਦਿਆਂਗਾ। ਮਤਲਬ ਇਹ ਐਰੋਗੈਂਸ ਦੀ ਲਿਮਿਟ ਹੈ ਕਿ ਦੋ ਬਜ਼ੁਰਗ ਬੰਦੇ ਔਰਤ ਦੇ ਬੰਦਾ ਸ਼ਿਕਾਇਤ ਲੈ ਕੇ ਆਏ, ਉਹਨਾਂ ਨੂੰ ਕਿਹਾ ਜੇ ਦੁਬਾਰਾ ਆ ਗਿਆ ਤਾਂ ਉਹਨੂੰ ਮੈਂ ਅੰਦਰ ਕਰਵਾ ਦੂੰਗਾ ਪੁਲਿਸ ਨੂੰ ਕਹਿ ਕੇ। ਇਹ ਐਰੋਗੈਂਸ ਦੀ ਲਿਮਿਟ ਹੈ। ਠੀਕ, ਬਸ ਲਾਸਟ ਗੱਲ ਵਿਰਾਟ ਸਾਹਿਬ ਨੇ ਜਿਹੜਾ ਕਿਹਾ, ਇਹਨਾਂ ਨੇ ਕਿਹਾ 62 ਸਾਲ ਤੋਂ ਕਰ ਰਹੇ ਸੀ। ਵਿਰਾਟ ਸਾਹਿਬ ਬਿਲਕੁਲ 62 ਸਾਲ ਤੋਂ ਤੁਸੀਂ ਲੜ ਰਹੇ ਸੀ ਅਤੇ ਲੋਕ ਤੁਹਾਡਾ ਇਸ ਕਰਕੇ ਸਨਮਾਨ ਵੀ ਕਰਦੇ ਸੀ, ਫੈਡਰਲਿਜ਼ਮ 'ਤੇ ਤੁਸੀਂ ਲੜਦੇ ਸੀ। ਹੁਣ 370 ਦੇ ਉੱਤੇ ਤੁਸੀਂ ਫੈਡਰਲਿਜ਼ਮ ਨੂੰ ਤਿਲਾਂਜਲੀ ਦੇ ਕੇ ਬੀਜੇਪੀ ਦੇ ਨਾਲ ਜਾ ਕੇ ਖੜੇ ਹੋ ਗਏ। ਚੌਥੀ ਗੱਲ, ਡੇਰੇ ਸੱਚੇ ਸੌਦੇ ਵਾਸਤੇ ਭਾਰਤੀ ਜਨਤਾ ਪਾਰਟੀ ਉਹ ਬਾਬੇ ਨੂੰ ਬਲਾਤਕਾਰੀ ਅਤੇ ਹਤਿਆਰੀ ਨੂੰ ਪੈਰੋਲ ਦਿਵਾਉਣ ਦੀ ਹਰ ਕੋਸ਼ਿਸ਼ ਕਰਦੀ ਰਹੀ, ਇਹ ਕਹਿੰਦੇ ਰਹੀ ਉਹਦਾ ਹੱਕ ਹੈ ਕਿ ਜਦੋਂ ਉਹਦਾ ਹੱਕ ਨਹੀਂ ਗਾ, ਇਹ ਕੋਸ਼ਿਸ਼ ਕਰ ਰਹੇ ਸੀ ਉਹ ਭਾਰਤੀ ਜਨਤਾ ਪਾਰਟੀ ਨਾਲ। ਜਦੋਂ ਅਕਾਲੀ ਦਲ ਗੱਲ ਕਰਦੀ ਹੈ ਤਾਂ ਸੱਚ ਸਾਹਮਣੇ ਆ ਜਾਂਦਾ। ਮਾਲੀ ਮਾਲੀ ਸਾਹਿਬ, ਮਾਲੀ ਸਾਹਿਬ ਨਹੀਂ, ਇੱਕ ਮਿੰਟ ਕੋਲ ਪਲੀਜ਼, ਮੇਰੇ ਕੋਲ ਵਕਤ ਹੈ ਨਹੀਂ। ਮਾਲੀ ਸਾਹਿਬ, ਮੈਨੂੰ ਇੱਕ ਸਵਾਲ ਦਾ ਜਵਾਬ ਦਿਓ, ਅਕਾਲੀ ਭਾਜਪਾ ਗੱਠਜੋੜ ਦਾ ਭਵਿੱਖ ਹੈ ਕੀ ਹੈ? ਇੱਥੇ ਬਹੁਤ ਵਾਰ ਟੀਵੀ ਦੇ ਵਿੱਚ ਡਿਬੇਟ ਹੋ ਚੁੱਕੀ ਹੈ, ਜਦੋਂ ਮਾੜੀ ਜੀ ਕੋਈ ਅਕਾਲੀ ਦਲ ਗੱਲ ਕਰਦਾ ਜਾਂ ਬੀਜੇਪੀ ਗੱਲ ਕਰਦਾ, ਉਹਦੇ ਕਹਿੰਦੇ ਗੱਠਜੋੜ ਟੁੱਟ ਜੂਗਾ, ਸਾਰੇ ਵੱਡੀ ਵੱਡੀ ਖਬਰਾਂ 'ਚ ਆਉਂਦੇ ਆ। ਮੈਂ ਗੱਠਜੋੜ ਟੁੱਟਣ ਵਾਲੀ ਖਬਰ 'ਤੇ ਹਜੇ ਨਹੀਂ ਖੜਦਾ ਗਾ, ਤੁਸੀਂ ਖੜਦੇ ਹੋ ਨਹੀਂ ਖੜਦੇ? ਦੇਖੋ, 550ਵਾਂ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ, ਜੇ ਉਹਦੇ ਹਵਾਲੇ ਨਾਲ ਗੱਲ ਕਰੀਏ, ਜਿਨ ਮਨ ਹੋਰ ਮੁੱਖ ਹੋਰ ਸੋ ਕਾਂਢੇ ਕੱਚੇ। ਪ੍ਰੈਕਟਿਸ ਦੇ ਵਿੱਚ ਤੁਸੀਂ ਦੇਖੋ ਹਾਲਾਤ ਬਦਲ ਗਏ ਸਿਆਸੀ ਤੌਰ 'ਤੇ, ਬਹੁਤ ਵੱਡੇ ਹਾਲਾਤ ਜਦੋਂ ਬਦਲ ਜਾਂਦੇ ਨੇ ਤਾਂ ਗੱਠਜੋੜ ਦੇ ਸਮੀਕਰਨ ਵੀ ਬਦਲ ਜਾਂਦੇ ਨੇ। ਤੁਹਾਨੂੰ ਲੱਗਦਾ ਕਿ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਬੀਜੇਪੀ ਅਲੱਗ ਲੜੇਗੀ ਪੰਜਾਬ ਵਿੱਚ ਵੀ? ਨਹੀਂ ਨਹੀਂ, ਮੈਂ ਨਹੀਂ ਕਹਿੰਦਾ ਪੰਜਾਬ ਦੇ ਵਿੱਚ ਬੀਜੇਪੀ ਜ਼ੋਰ ਲਾ ਲਏ ਬੀਜੇਪੀ ਦੀ ਸਰਕਾਰ ਨਹੀਂ ਆ ਸਕਦੀ, ਜੋ ਮਰਜ਼ੀ ਨਹੀਂ ਆ ਸਕਦੀ, ਪੰਜਾਬ ਪੰਜਾਬ ਆ, ਇਹ ਅੱਡ ਗੱਲ ਆ। ਤੇ ਫਿਰ ਅਕਾਲੀ ਦਲ ਸਹੀ ਗੱਲ ਕਰਦਾ ਪਿਆ? ਗੱਠਜੋੜ ਦੇ ਵਿੱਚ ਸਮੀਕਰਨ ਪਹਿਲਾਂ 23 ਸੀਟਾਂ ਬਾਦਲ ਸਾਹਿਬ ਨੇ ਖੁੱਲ੍ਹਾ ਗੱਫਾ ਦਿੱਤਾ, ਅਕਾਲੀ ਦਲ ਦੇ ਵਿੱਚੋਂ ਵਿਰੋਧ ਹੋਇਆ ਵੀ 23 ਸੀਟਾਂ ਤੁਸੀਂ ਇਹ ਦੇ ਰਹੇ ਹੋ, ਮੁੜ ਕੇ ਹਿੰਦੂ ਜੈਂਟਲਮੈਨ ਆ ਉਹਨਾਂ ਨੂੰ ਵੀ ਇੱਧਰ ਅਕਾਲੀ ਦਲ ਦੇ ਵਿੱਚੋਂ ਦੇ ਰਹੇ ਹੋ, ਐਡਾ ਖੁੱਲ੍ਹਾ ਗੱਫਾ ਸੀ, ਕਿਉਂਕਿ ਇਹ 23 ਸੀਟਾਂ ਬਾਦਲ ਸਾਹਿਬ ਦੀ ਰਿਜ਼ਰਵ ਫੋਰਸ ਸੀ। ਵਿਦਨ ਅਕਾਲੀ ਦਲ ਜਦੋਂ ਕਿਤੇ ਲੜਾਈ ਹੁੰਦੀ ਇਹ 23 ਪੱਕੇ ਹੁੰਦੇ ਸੀ ਨਾ, ਇਹ ਸਾਰੀ ਮੌਕਾ ਪ੍ਰਸਤ ਗੱਠਜੋੜ ਆ। ਤੁਸੀਂ ਮੇਰੀ ਗੱਲ ਸੁਣੋ ਜੀ, ਜੇ ਤਾਂ ਦਿੱਲੀ ਅੱਡ ਜੁੰਟਾ, ਪੰਜਾਬ ਹਰਿਆਣਾ ਅੱਡ ਜੁੰਟਾ, ਉਹਨਾਂ ਨੂੰ ਕਰਨ ਦਿਓ ਆਪਦੇ ਹਿੱਤਾਂ ਅਨੁਸਾਰ, ਤੁਸੀਂ ਉਹਨਾਂ ਦੇ ਗਲ ਗੁੱਠਾ ਦੇ ਕੇ ਉਹਨਾਂ ਤੋਂ ਆਪਣੀ ਸ਼ਾਨੀ ਕਿਉਂ ਭਰਵਾਉਂਦੇ ਹੋ? ਪੰਜਾਬ ਵਿਧਾਨ ਸਭਾ ਦੇ ਵਿੱਚ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ਨੇ ਮਤਾ ਪਾਸ ਕੀਤਾ ਹੋਇਆ, ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਆ, ਅਸੀਂ ਰਾਇਲਟੀ ਲੈਣੀ ਆ, ਤੇ ਅੱਜ ਅਸੀਂ ਕਹਿੰਦੇ ਜੇ ਵੱਧ ਹੋਇਆ ਜੇ ਘੱਟ ਹੋਇਆ ਕੀ ਤਰਕ ਹੈ ਜੀ? ਡਾਕਟਰ ਲਾਸਟ ਮਿੰਟ ਫਟਾਫਟ ਜਲਦੀ ਆਪਣਾ ਟਾਈਮ। ਮੈਂ ਇੱਕ ਬੇਨਤੀ ਕਰਦਿਆਂ, 370 ਦੀ ਇੱਥੇ ਜਿਹੜੀ ਵਾਰ ਵਾਰ ਗੱਲ
ਸੀਗਾ ਵੀ ਕਸ਼ਮੀਰ ਜਿਹੜਾ ਹੈਗਾ ਉਹ ਭਾਰਤ ਦਾ ਅਟੁੱਟ ਅੰਗ ਹੈ ਔਰ ਉਹਦੇ ਲਈ 370 ਜੇ ਤੋੜਨ ਲਈ ਕੁਛ ਵੀ ਕਰਨਾ ਪਵੇ ਤਾਂ ਸੈਂਟਰ ਸਰਕਾਰ ਜਿਹੜੀ ਹੈ ਤੋੜ ਸਕਦੀ ਹੈ। ਪਰ ਇੱਕ ਗੱਲ ਜ਼ਰੂਰ ਹੈਗੀ ਹੈ ਕਿ ਜਿਸ ਤਰ੍ਹਾਂ ਦੀ ਇੰਸ਼ੋਰੈਂਸ ਅਮਿਤ ਸ਼ਾਹ ਜੀ ਨੇ ਜਦੋਂ ਉਹ ਲੋਕ ਸਭਾ ਦੇ ਵਿੱਚ ਦਿੱਤੀ ਹੈ ਕਿ ਜਿਹੜਾ ਇਹ ਜਲਦੀ ਜਿਹੜੇ ਹੈਗੇ ਆ ਇਲੈਕਸ਼ਨ ਜਿਹੜੇ ਆ ਇਹ ਕਰਾ ਲਏ ਜਾਣਗੇ, ਇਸ ਚੀਜ਼ ਨੂੰ ਜ਼ੋਰ ਨਾਲ ਜੇ ਹੋਰ ਜਨਤਾ ਦੇ ਵਿੱਚ ਦੱਸ ਦੇਣਗੇ ਤਾਂ ਮੇਰੇ ਖਿਆਲ ਇਹਦੇ ਨਾਲ ਹੋਰ ਪਰਪੱਕ ਹੋਏਗਾ, ਕਿਉਂਕਿ ਹਰ ਰੋਜ਼ ਉੱਥੇ ਸਾਡੇ ਜਵਾਨ ਜਿਹੜੇ ਆ ਮਰ ਰਹੇ ਸੀਗੇ। ਜਿਹੜਾ ਐਬਰੋਗੇਸ਼ਨ ਦਾ 370 ਆ ਉਹ ਭਾਰਤੀ ਜਨਤਾ ਪਾਰਟੀ ਦਾ ਸ਼ੁਰੂ ਤੋਂ ਇੱਕ ਮੁੱਦਾ ਰਿਹਾ ਔਰ ਉਹਨੂੰ ਇੰਪਲੀਮੈਂਟ ਕੀਤਾ। ਹੁਣ ਸਟੇਟ ਆਫ ਜੰਮੂ ਕਸ਼ਮੀਰ ਤੋਂ ਯੂਨੀਅਨ ਟੈਰੀਟਰੀ ਆਫ ਜੰਮੂ ਕਸ਼ਮੀਰ ਹਰਿਆਣਾ ਵਿੱਚ ਐਨਆਰਸੀ ਮੁੱਦਾ ਹੈਗਾ ਸੀ, ਹਰਿਆਣਾ ਵਿੱਚ ਐਨਆਰਸੀ ਮੁੱਦਾ ਹੈਗਾ ਸੀ, ਨਹੀਂ ਤੇ ਐਨਆਰਸੀ ਹੋ ਵੀ ਜੇ ਤਾਂ ਆਪੱਤੀ ਕੀ ਹੈ? ਚਲੋ ਬਹੁਤ ਧੰਨਵਾਦ, ਬਹੁਤ ਧੰਨਵਾਦ ਐਨਆਰਸੀ ਨਾਲ ਖੜਿਓ ਬ੍ਰਾਦਰ ਸਾਹਿਬ, ਐਨਆਰਸੀ ਨਾਲ ਖੜਿਓ ਕੱਟ ਸਾਹਿਬ, ਉਹਦੀ ਬਾਰੀ ਡਿਟੇਲ ਨਹੀਂ ਮੈਨੂੰ। ਚਲੋ ਬਹੁਤ ਧੰਨਵਾਦ ਬ੍ਰਾਦਰ ਸਾਹਿਬ ਤੁਹਾਡਾ, ਗੁਜ਼ਾਰਾ ਸਾਹਿਬ ਤੁਹਾਡਾ ਬਹੁਤ ਧੰਨਵਾਦ, ਮਾਲੀ ਸਾਹਿਬ ਤੁਹਾਡਾ ਬਹੁਤ ਧੰਨਵਾਦ, ਬੈਂਸ ਸਾਹਿਬ ਮੈਂ ਤੁਹਾਨੂੰ ਵਕਤ ਘੱਟ ਦੇ ਸਕਿਆ, ਮੈਨੂੰ ਮਾਫ ਕਰਨਾ, ਤੁਹਾਡਾ ਵੀ ਬਹੁਤ ਧੰਨਵਾਦ। ਭਾਜਪਾ ਤੋਂ ਕੀ ਪਾਲਦੇ ਨੇ ਅਕਾਲੀ? ਇਸ ਸਵਾਲ ਦਾ ਜਵਾਬ ਭਵਿੱਖ ਵਿੱਚ ਮਿਲੇਗਾ, ਭਵਿੱਖ ਵਿੱਚ ਬਹੁਤ ਕੁਛ ਤੈਅ ਹੋਵੇਗਾ, ਸਮੀਕਰਨ ਨਵੇਂ ਬਦਲਣਗੇ। ਪਰ ਸਵਾਲ ਇਹ ਹੈਗਾ ਜਦੋਂ ਖੇਤਰੀ ਪਾਰਟੀਆਂ ਕਮਜ਼ੋਰ ਹੁੰਦੀਆਂ ਤਾਂ ਉਦੋਂ ਲੋਕਤੰਤਰ ਢਾਂਚੇ ਦੇ ਵਿੱਚ, ਸੰਘੀ ਢਾਂਚੇ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਖੜੀਆਂ ਹੁੰਦੀਆਂ। ਇਹ ਸਵਾਲ ਤੁਹਾਡੇ ਕੋਲ ਹੈ, ਬਹੁਤ ਧੰਨਵਾਦ।